ਕੌਮਦਾਰ ਜਥੇਦਾਰ ਹੋਵੇ ਤੇ ਇਸ ਤਰੀਕੇ ਨਾਲ ਭਾਵ ਹੋ ਕੇ ਵੀਡੀਓ ਪਾਵੇ ਤੇ ਨਾਲ ਇਹ ਕਵੇ ਕਿ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਤੇ ਨਾਲ ਇਹ ਵੀ ਕਵੇ ਕਿ ਮੈਂ ਇਸੇ ਕਰਕੇ ਆਪਣਾ ਅਹੁਦਾ ਜਿਹੜਾ ਆ ਉਸ ਤੋਂ ਅਸਤੀਫਾ ਦੇ ਰਿਹਾ ਹਾਂ ਇੱਥੇ ਡਿੱਗੀ ਹੈ ਪੰਜਾਬ ਦੇ ਵਿੱਚ ਅਸੀਂ ਕਹਿ ਲਈ ਦੀ ਸਿਕੋਮ ਇੱਥੇ ਇਸ ਨਿਗਾਰ ਪਿਆ ਚੁੱਕੀ ਹੈ ਬਣਾ ਨਾ ਸ਼ੱਕ ਸ਼ਬਾ ਹੁੰਦਾ ਸੀ ਕਿ ਕੋਈ ਹੈ ਨਹੀਂ ਹੈ ਬੈਨੀਫਿਟ ਆਫ ਡਾਊਟ ਠੀਕ ਹੈ ਹੁਣ ఎవਰੀਥਿੰਗ ਇਜ਼ ਕ੍ਰਿਸਟਲ ਕਲੀਅਰ ਪਰ ਮੇਰੇ ਪੀੜੇ ਦਾ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਦਾ ਜਿਹਨੂੰ ਦੁਨੀਆ ਦੀ ਸਭ ਤੋਂ ਬਾਦਰ ਕਹਿੰਦੇ ਆ ਉਹਦਾ ਜਿਹੜਾ ਲੀਡਰ ਹੋਏ ਮਤਲਬ ਪੰਚਰ ਲੀਡਰ ਹੋਏ ਤੇ ਤੁਸੀਂ ਰੋਣ ਲੱਗ ਪਏ ਹੋ ਉਹਨੇ ਤੁਹਾਡੇ ਤੇ ਇਲਜ਼ਾਮ ਲਗਾਇਆ ਤੇ 2 ਦਿਨਾਂ ਦੇ ਵਿੱਚ ਤੁਸੀਂ ਪੰਜੋਂ ਇਕੱਠੇ ਹੋ ਗਏ ਤੇ ਤੁਸੀਂ ਉਹਨੂੰ ਸਜ਼ਾ ਦੇ ਦਿੱਤੀ ਤੁਹਾਡੀ ਬੇਇੱਜ਼ਤੀ ਹੋਈ ਇਮੀਡੀਏਟ ਐਕਸ਼ਨ ਅਰੇ ਗੁਰੂ ਦੀ ਤੇ ਬੇਇੱਜ਼ਤੀ ਹੋਈ ਬਿੱਦਪੀਓ ਕੀ ਨਹੀਂ ਹੋਇਆ ਤੇ ਤੁਸੀਂ ਉੱਥੇ ਕਿਵੇਂ ਚੁੱਪ ਹੋ ਗਏ ਜਿਹੜੀ ਕੌਮ ਆਪਣਾ ਸਰਬੰਸ ਬਾਰਨ ਦੀ ਉਦਾਹਰਨ ਦੇ ਕੇ ਲੋਕਾਂ ਦੀ ਕਚਹਿਰੀ 'ਚ ਹੋਵੇ ਲੋਕਾਂ ਨੂੰ ਇਹ ਦੱਸਦੀ ਹੋਵੇ ਕਿ ਮੈਂ ਆਪਣਾ ਸਰਬੰਸ ਇਸ ਕਰਕੇ ਵਾਰਿਆ ਕਿ ਬਾਕੀ ਲੁਕਾਈ ਜਿਹੜੀ ਹੈ ਉਹਦੀ ਅਹਿਮੀਅਤ ਉਸੇ ਤਰੀਕੇ ਨਾਲ ਬਰਕਰਾਰ ਰਹੇ ਜਿਨ੍ਹਾਂ ਨੂੰ ਆਰੀਆਂ ਦੇ ਨਾਲ ਚੀਰਿਆ ਗਿਆ ਖੋਪਰੀਆਂ ਨਾਲ ਆਈਆਂ ਚੱਲਣੀਆਂ ਦੇ ਚੱਲੇ ਤੇ ਉਹਨਾਂ ਦੇ ਜਥੇਦਾਰ ਜਿਹੜੇ ਅੱਜ ਨਮਾਇੰਦਗੀ ਨਮਾਇੰਦਗੀ ਕਰ ਰਹੇ ਆ ਉਹਨਾਂ ਨੂੰ ਡੇਂਗੂ ਸਤਾ ਰਿਹਾ ਹੈ ਉਹਨਾਂ ਨੂੰ ਉਹਨਾਂ ਨੂੰ ਆਪਣੇ ਪਰਿਵਾਰ ਦੀ ਚਿੰਤਾ ਹੋ ਰਹੀ ਹੈ ਉਹਨਾਂ ਨੂੰ ਧਮਕੀਆਂ ਵੀ ਚਿੰਤਾ ਹੋ ਰਹੀ ਹੈ ਤਾਂ ਮੰਨ ਲੀ ਕਿ ਕੌਮ ਦੀ ਵੀ ਗਲਤੀ ਹੈਗੀ ਕਿ ਤਨਾ ਕਿਹਾ ਕਿ ਇਦਾਂ ਦੇ ਬੰਦੇ ਤੁਸੀਂ ਅੱਗੂ ਲਾਇਆ 100% ਅਰੇ ਇਹਦੇ ਤਾਂ ਕੋਈ ਸ਼ੱਕ ਹੀ ਨਹੀਂ ਤੁਸੀਂ ਮੀਜੀ ਦੇ ਕੈਪਟਨ ਰਹੇ ਹੋ ਆਮ ਤੌਰ ਤੇ ਜਦੋਂ ਕੈਪਟਨ ਦੇ ਤੌਰ ਤੇ ਜਦੋਂ ਤੁਸੀਂ ਸ਼ੁਰੂਆਤ ਕੀਤੀ ਹੋਣੀ ਹੈ ਅਕਸਰ ਇਹ ਵੀ ਹੁੰਦਾ ਨਾ ਕਿ ਆਪਾਂ ਪ੍ਰੈਕਟਿਸ ਕਰਦੇ ਹਾਂ ਮਾਹੌਲ ਚੱਲਦਾ ਹੁੰਦਾ ਪ੍ਰੈਕਟਿਸ ਕਰਦੇ ਰਹਿੰਦੇ ਆ ਪਰ ਅਸਲ ਉਸ ਪ੍ਰੈਕਟਿਸ ਦੀ ਪਹਿਚਾਣ ਉਦੋਂ ਹੁੰਦੀ ਹੈ ਜਦੋਂ ਸਮੁੰਦਰ ਤੇ ਸੱਚੀ ਤੂਫਾਨ ਬਿਲਕੁਲ ਜੀਸਸ ਤਾਂ ਮੈਨੂੰ ਲੱਗਦਾ ਕਿ ਇਹਨਾਂ ਨੂੰ ਤੂਫਾਨ ਹੋਣਾ ਆਇਆ ਤੇ ਭੱਜ-ਭੱਜ ਪੈ ਰਹੇ ਇਹ ਤਾਂ ਨਿਕਲ ਰਹੇ ਇੱਥੋਂ ਵੀ ਸਾਡੇ ਤੇ ਮੁਸੀਬਤਾਂ ਆਨ ਕਿੱਦਾਂ ਪਈ ਫਿਰ ਜਿੰਨੀ ਪ੍ਰੈਕਟਿਸ ਕੀਤੀ ਸੀ ਉਹ ਕਿੱਥੇ ਗਈ ਉਹ ਜਿੱਥੇ ਬਸ ਮਲਾਈ ਖਾਂਦੇ ਰਹਿੰਦੇ ਨੇ ਜੇ ਨਾਲ ਪੂਰਾ ਟਾਈਮ ਹੈਗਾ ਆਪਣੀ ਇੱਜ਼ਤ ਬਚਾਉਂਦਾ ਪੰਜਾਬ ਦੀ ਸ਼ਾਨ ਬਚਾਉਂਦਾ ਅੱਜ ਨੇ ਕੱਲ ਕਹਿੰਦੇ ਦਿਵਾਲੀ ਤੋਂ ਪਹਿਲਾਂ ਦਿਵਾਲੀ ਗਿਫਟ ਦੇਣ ਪੰਥ ਨੂੰ ਸਸ਼ਕਲ ਦੋਸਤੋ ਇਸ ਵਕਤ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਜਿਹੜਾ ਮਾਹੌਲ ਬਣਿਆ ਹੈਗਾ ਇਹ ਸਮਝਣਾ ਬੇਹੱਦ ਜ਼ਰੂਰੀ ਹੈਗਾ ਇਹਨਾਂ ਦੇ ਵਿਚਾਲੇ ਬਹੁਤ ਸਾਰੀਆਂ ਚਰਚਾਵਾਂ ਸਿਆਸੀ ਤੌਰ ਤੇ ਚੱਲਦੀਆਂ ਰਹਿੰਦੀਆਂ ਹੁੰਦੀਆਂ ਟੀਵੀ ਡਿਬੇਟਾਂ ਦਾ ਹਿੱਸਾ ਬਣਦੀਆਂ ਰਹਿੰਦੀਆਂ ਹੁੰਨੀਆਂ ਪਰ ਜਦੋਂ ਇੱਕ ਜਥੇਦਾਰ ਜਿਸ ਦੀ ਵੀਡੀਓ ਇਸ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਆਵੇ ਤੇ ਉਹ ਇਹ ਬਿਆਨੀ ਕਰੇ ਕਿ ਮੇਰੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਤੇ ਉਹ ਇਹ ਕਹਵੇ ਕਿ ਇਸ ਕਰਕੇ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਤੇ ਨਾਮ ਲਵੇ ਅਕਾਲੀ ਦਲ ਪਾਰਟੀ ਦਾ ਨਾਮ ਲਵੇ ਉਹਨਾਂ ਦੇ ਆਗੂਆਂ ਦਾ ਨਾਮ ਤਾਂ ਅਸੀਂ ਕਿੱਥੇ ਖੜੇ ਹਾਂ ਇਹ ਸਮਝਣਾ ਬੇਹਦ ਜ਼ਰੂਰੀ ਹੋ ਜਾਂਦਾ तमाम ਮਸਲੇ ਤੇ ਗੱਲਬਾਤ ਕਰਨੀ ਹੈ ਕਿਉਂਕਿ ਬਹੁਤ ਸਾਰੀ ਚੀਜ਼ਾਂ ਇਸ ਮੁਤਲਕ ਲਗਾਤਾਰ ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਧਾਰਮਿਕ ਗਲਿਆਰਿਆਂ ਦੇ ਵਿੱਚ ਚੱਲ ਰਹੀਆਂ ਨੇ ਪਰ ਆਖਰਕਾਰ ਇਨ੍ਹਾਂ ਹਾਲਾਤਾਂ 'ਚ ਅਸੀਂ ਪਹੁੰਚੇ ਕਿਉਂ ਜਥੇਦਾਰ ਦੀ ਭਾਵੁਕ ਵੀਡੀਓ ਨੇ ਬੜੇ ਸਵਾਲ ਖੜੇ ਕੀਤੇ ਉਸ ਤੋਂ ਬਾਅਦ ਹੁਣ ਜਿਹੜੀਆਂ ਗਤੀਵਿਧੀਆਂ ਹੋ ਰਹੀਆਂ ਕਿ ਇੱਕ ਵਿਅਕਤੀ ਜਿਹਨੂੰ ਤਨਖਾਹੀਆ ਕਰਾਰ ਦਿੱਤਾ ਹੋਵੇ ਉਹ ਲੋਕਾਂ ਨਾਲ ਮਿਲ ਰਿਹਾ ਹੋਵੇ ਮੀਟਿੰਗਾਂ ਕਰ ਰਿਹਾ ਹੋਵੇ ਜ਼ਿਮਨੀ ਚੋਣ ਆ ਰਹੀ ਹੈ ਪੰਜਾਬ ਦੇ ਵਿੱਚ ਗਿੱਦੜਬਾਹਰੀ ਜ਼ਿਮਨੀ ਚੋਣੋਂ ਲੈ ਕੇ ਚਰਚਾਵਾਂ ਚੱਲ ਰਹੀਆਂ ਮੀਟਿੰਗਾਂ ਚੱਲ ਰਹੀਆਂ ਨੇ ਤਾਂ ਇੱਥੋਂ ਤੱਕ ਵੀ ਅੰਦਰਲੀਆਂ ਖਬਰਾਂ ਨੇ ਕਿ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਵੀ ਉਹਨਾਂ ਨੂੰ ਜਾਜਾ ਮਿਲ ਰਹੇ ਨੇ ਤਾਂ ਕਿਹੜਾ ਤਨਖਾਹੀਆ ਤਨਖਾਹੀਏ ਦਾ ਮਤਲਬ ਕੀ ਹੁੰਦਾ ਕਿ ਉਸ ਦੇ ਨਾਲ ਕੋਈ ਰੂਟੀ ਬੇਟੀ ਦੀ ਸਾਂਝ ਨਹੀਂ ਰੱਖਣੀ ਹੈਗੀ ਤਾਂ ਇਹ ਕਿਸ ਤਰੀਕੇ ਦਾ ਤਨਖਾਈ ਹੈ ਕਰਾਰ ਦਿੱਤਾ ਜਾਂ ਫਿਰ ਜਿਹੜੀ ਹਕਮਰਾਨਤ ਰਹੀ ਹੈ ਕਿਸੇ ਤੇ ਸਮੇਂ ਪੰਜਾਬ ਤੇ ਉਹਨਾਂ ਨੇ ਸਾਰੀ ਪਾਵਰ ਨੂੰ ਆਪਣੇ ਅੰਡਰ ਕੀਤਾ ਹੋਇਆ ਉਹਨਾਂ ਲਈ ਕੋਈ ਤਖਤ ਨਹੀਂ ਕੋਈ ਜਥੇਦਾਰ ਨਹੀਂ ਇਹ ਬਹੁਤ ਸਾਰੀਆਂ ਚੀਜ਼ਾਂ ਸਮਝਣ ਵਾਲੀਆਂ ਨੇ ਇਹ ਤਮਾਮ ਮਸਲੇ ਤੇ ਗੱਲਬਾਤ ਕਰਨੀ ਹੈ ਸਾਡੇ ਨਾਲ ਕੈਪਟਨ ਜੀਐਸ ਕੁਮਨ ਹੋਣਗੇ ਕੁਮਨ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਹਾਂ ਸਾਰੇ ਅਨ ਸੁਣਨ ਵਾਲੇ ਨੂੰ ਵੇਖਣ ਵਾਲੇ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਕਮਰ ਸਾਹਿਬ ਮੈਨੂੰ ਲੱਗਦਾ ਕਿ ਇਹ ਬੜਾ ਸੰਜੀਦਾ ਮਸਲਾ ਹੈਗਾ ਜਿਹਤੇ ਅੱਜ ਆਪਾਂ ਚਰਚਾ ਕਰ ਰਹੇ ਹਾਂ ਤੁਸੀਂ ਬੜੀ ਗੰਭੀਰਤਾ ਦੇ ਨਾਲ ਪੰਜਾਬ ਦੇ ਮਸਲੇ ਬਾਤ ਚਦੇ ਰਹਿੰਦੇ ਹੋ ਕੌਮ ਦਾ ਜਥੇਦਾਰ ਹੋਵੇ ਤੇ ਇਸ ਤਰੀਕੇ ਨਾਲ ਭਾਵ ਹੋ ਕੇ ਵੀਡੀਓ ਪਾਵੇ ਤੇ ਨਾਲ ਇਹ ਕਵੇ ਕਿ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਤੇ ਨਾਲ ਇਹ ਵੀ ਕਵੇ ਕਿ ਮੈਂ ਇਸੇ ਕਰਕੇ ਆਪਣਾ ਅਹੁਦਾ ਜਿਹੜਾ ਆ ਉਤੋਂ ਅਸਤੀਫਾ ਦੇ ਰਿਹਾ ਇੱਥੇ ਡਿੱਗੀ ਹੈ ਪੰਜਾਬ ਦੇ ਵਿੱਚ ਅਸੀਂ ਕਹਿ ਲਈ ਵੀ ਸਿਕੋਂ ਇੱਥੇ ਇਸ ਨਿਗਾਰ ਤੇ ਆ ਚੁੱਕੀ ਹੈ ਇਸ ਵੇਲੇ ਬਿਲਕੁਲ ਮਹੌਲ ਇਹਨਾਂ ਨੇ ਇੰਨਾ ਪੜਾ ਕਰਤਾ ਐਂਡ ਕਹਿੰਦਾ ਮੈਂ ਤਾਂ ਹੁਣ ਨਾ ਕੋਈ ਸੋਚਣ ਦੀ ਲੋੜ ਨਹੀਂ ਐ ਪਹਿਲਾਂ ਨਾ ਸ਼ੱਕ ਸ਼ਬਾ ਹੁੰਦਾ ਸੀ ਕਿ ਕੋਈ ਹੈ ਨਹੀਂ ਹੈ ਬੈਨੀਫਿਟ ਆਫ ਡਾਊਟ ਠੀਕ ਹੈ ਹੁਣ ఎవਰੀਥਿੰਗ ਇਜ਼ ਕ੍ਰਿਸਟਲ ਕਲੀਅਰ ਆਪਾਂ ਸ਼ੁਰੂ ਕਰਨੇ ਆ ਅਕਾਲੀ ਦਲ ਤੋਂ ਆ ਵੀਲ ਗੋ ਸਟੈਪ ਬਾਈ ਸਟੈਪ ਅਕਾਲੀ ਦਲ ਦਾ ਪ੍ਰਧਾਨ ਉਹਨੇ ਆਪ ਆਪਣੇ ਵੱਲੋਂ ਕਮੇਟੀ ਬਣਾਈ ਸੀ ਚੁੰਦਾ ਕਮੇਟੀ ਐਂਡ ਕਿ ਬਈ ਸਟੱਪ ਬੇੜਾ ਕਿਉਂ ਕਰ ਕੋਇਆ ਤੋਂ ਉਹਨਾ ਆਪ ਕਮੇਟੀ ਬਣਾਈ ਉਸ ਕਮੇਟੀ ਦੀ ਰਿਪੋਰਟ ਸੀ ਸਾਰ 117 ਹਲਕੇ ਆਪਣੇ ਜਿਹੜੇ ਆਪਣੇ ਆ ਗਏ ਨੇ ਕਰ ਕਰਾ ਕੇ ਉਹਦਾ ਸਭ ਤੋਂ ਪਹਿਲਾ ਪੁਆਇੰਟ ਸੀ ਕਿ ਆਪਣੀ ਇਹ ਜਿਹੜੀ ਆਪਣੇ ਇਕਾਲੀ ਦਲ ਦੀ ਟੌਪ ਦੀ ਲੀਡਰਸ਼ਿਪ ਬਦਲਣੀ ਚਾਹੀਦੀ ਹੈ ਜੀ ਇਹ ਤੇ ਇਹਨਾਂ ਦੀ ਆਪਣੀ ਰਿਪੋਰਟ ਸੀ ਠੀਕ ਹੈ ਹੁਣ ਟਿਪੀਕਲ ਕਿਉਂਕਿ ਰਿਪੋਰਟ ਪਸੰਦ ਨਹੀਂ ਆਏ ਉਹ ਰਿਪੋਰਟ ਸਾਈਡ ਤੇ ਕਰ ਦਿੱਤੀ ਐਂਡ ਉਸ ਰਿਪੋਰਟ ਦੇ ਉੱਤੇ 15 16 ਪੁਆਇੰਟ ਸੀ ਉਹਨਾਂ ਤੋਂ ਸਿੱਕੇ ਸਾਰੇ ਕਰਨ ਤੇ ਬਾਅਦ ਦੈਨ ਤੁਸੀਂ ਜਾਓ ਅਕਾਲ ਤੱਕ ਤੇ ਆਪਣੇ ਗੁਨਾਹ ਦੀ ਮਾਫੀ ਮੰਗੋ ਠੀਕ ਹੈ ਤਾਂ ਦੇਖੋ ਇਹ ਨਾ ਆਪਣੀ ਪਰ ਰਿਪੋਰਟ ਬਣਾਈ ਪਸੰਦ ਨਹੀਂ ਆਈ ਉਹ ਜਿਹੜਾ ਕੁਝ ਨਹੀਂ ਕੀਤਾ ਪਰ ਜਿਹੜਾ ਇਹਨਾਂ ਨੇ ਲੱਗਾ ਸਭ ਤੋਂ ਸੌਖਾ ਕੰਮ ਹੈ ਚਲੋ ਜੇ ਅਕਾਲ ਤੱਕ ਚੱਲਨੇ ਬੰਠਣ ਕੇ ਵੀ ਸਾਨੂੰ ਮਾਫ ਕਰ ਦਿਓ ਠੀਕ ਹੈ ਅੱਛਾ ਉਧਰੋਂ ਹੁਣ ਇਹਨਾਂ ਨੇ ਅਕਾਲ ਤੱਕ ਤੋਂ ਟਾਈਮ ਲੈ ਕੇ ਪਹਿਲਾ ਚੰਗਾ ਕੰਮ ਕੀਤਾ ਸੋ ਫਾਰ ਪਹਿਲਾ ਚੰਗਾ ਸੋ ਫਾਰ ਕਿ ਆਪਣਾ ਅਕਾਲ ਤੱਕ ਤੋਂ ਉਹਨਾਂ ਨੇ ਅਨਾਉਂਸ ਕਰ ਦਿੱਤਾ ਕਿ ਤੁਸੀਂ ਗੁਨਾਹਗਾਰੋਂ ਤਨਖਾਹਾਂ ਡਿਕਲੇਅਰਡ ਠੀਕ ਹੈ ਤਾਂਕਾ ਤੋਂ ਇੰਦਰੋਂ ਇਹ ਇਹਨਾਂ ਦੀ ਆਪਣੇ ਸੰਗਤਾਂ ਨੇ ਦੇਖੋ ਨਾ ਕਿੱਥੇ ਇਹਨਾਂ ਸੀਟਾਂ ਦੇ ਦੋ ਤੇ ਆਏ ਨੇ ਮੇਰੇ ਕੋਲ ਦੋ ਰਹਿ ਗਏ ਹੂੰ ਤਾਂ ਇਹ ਪੰਜਾਬ ਦੀ ਵਰਲਡ ਇਕ ਡੈਡਰ ਹੋ ਗਈ ਹੈ ਨਾ ਰਾਜਨੀਤਿਕ ਵਰਲਡ ਇਕ ਡੈਡਰ ਤਾਂ ਹੋ ਗਈ ਤੁਸੀਂ ਕੱਖ ਨਹੀਂ ਰਹੇ ਹੂੰ ਉੱਧਰ ਗਏ ਤੇ ਆਪਣਾ ਕਾਲ ਸਕਦੇ ਜੱਥਾ ਜਾਲ ਨੇ ਕਲੀਅਰ ਲੈਣਾਂ ਨੂੰ ਕਹਤਾ ਤੁਸੀਂ ਤਨਖਾਈ ਹੋ ਡਿਕਲੇਰਡ ਕਨਵਿਕਟ ਨੂੰ ਇੰਗਲਿਸ਼ ਚ ਕਰੋ ਤੇ ਕਨਵਿਕਟਡ ਆ ਠੀਕ ਹੈ ਦੋ ਤੇ ਸਾਰੀ ਸਜ਼ਾ ਸੋਹਣ ਸਜ਼ਾਆਂ ਜਿਹੜੀਆਂ ਨੇ ਸਾਬਤ ਹੋ ਗਈਆਂ ਆ اچھا ਹਾਂ ਤੇ ਸਜ਼ਾ ਤੁਸੀਂ ਸਜ਼ਾ ਆਪਤਾ ਸਜ਼ਾ ਉਹ ਸਜ਼ਾ ਸੁਣਨੀ ਹੈ ਉਹ ਦਿਨ ਤੇ ਆ ਦਿਨ ਹੁਣ ਦੋਨਾਂ ਪਾਰਟੀਆਂ ਨੂੰ ਵੇਖ ਲਓ ਦੋਨਾਂ ਨੇ ਫੇਰ ਜਿੰਨੂੰ ਕਹਿੰਦਾ ਕਿ ਆਪਣੇ ਸਿਰ ਚ ਖਵਾ ਕੀ ਕਿਹਾ ਸੁਆਪ ਆਈਏ ਕਹਾਂ ਕੋਈ ਸ਼ੱਕ ਨਹੀਂ ਹੁਣ ਟਾਈਮ ਆ ਗਿਆ ਹਰ ਬੰਦੇ ਨੂੰ ਸੱਚ ਬੋਲਣਾ ਪਏਗਾ ਕੋਈ ਕੋਈ ਲਿਆਜ਼ ਨਹੀਂ ਤੂੰ ਮੇਰਾ ਕੁਝ ਲੱਗਦਾ ਕੁਝ ਨਹੀਂ 拉ਜੀ ਬੰਦਾ ਕਦੀ ਓਨੈਸਟ ਹੋਈ ਨਹੀਂ ਸਕਦਾ ਐਂਡ ਆਈ ਡੋਨਟ ਵਾਂਟ ਟੂ ਬੀ ਲਾਜੀ ਨਾਓ ਕਿਸਨੋਣਾ ਅੱਛਾ ਹੁਣ ਆਪਾਂ ਪੰਥ ਖਾਇੇ ਬਣਾਉਨੇ ਆ ਪੰਥ ਦਾ ਰਖਵਾਲਾ ਬਣਿਆ ਜਦੋਂ ਦੇ ਆਏ ਇਹ ਕਹਿੰਦੇ ਆ ਜੇ ਅਸੀਂ ਪੰਥ ਦੇ ਪੰਥ ਦੇ ਸਿਰ ਤੇ ਵੋਟ ਲੈਂਦੇ ਰਹੇ ਇਹਨਾਂ ਕਦੀ ਕੋਈ ਇਹ ਮੁੱਦੇ ਦੀ ਗੱਲ ਨਹੀਂ ਸੀ ਕੀਤੀ ਕਦੀ ਕੀ ਕੀਤਾ ਅਨਪਲੋਇਮੈਂਟ ਮਤਲਬ ਜਿੰਨੋਂ ਕੋਈ ਤਾਂ ਕਿ ਸਰਕਾਰਾਂ ਹੁੰਦੀਆਂ ਨੇ ਉਸ ਮਾਮਲੇ ਕਦੀ ਗੱਲ ਨਹੀਂ ਪੰਥਕ ਵੋਟ ਪੰਥਕ ਕੋਟ ਪੰਥ ਪੰਥ ਦੇ ਰਖਵਾਲੇ ਬਣੇ ਕੀਤਾ ਕੀ ਪਹਿਲੀ ਗੱਲ ਤੇ ਕਿੱਥੇ ਲੈ ਕਿਹੜੇ ਮੋਰ ਤੋਂ ਲੈ ਆਏ ਜਦੋਂ ਤਨਖਾਈ ਹੋ ਗਈ ਉਹਦੇ ਬਾਅਦ ਵੀ ਅੱਜ ਪੰਥ ਦਾ ਬੇੜਾ ਘਰ ਕਰਨ ਤੋਂ ਬਾਅਦ ਅੱਜ ਵੀ ਪੰਥ ਨੂੰ ਚੱਲਦੇ ਰਹਿਣਾ ਹੈ ਤਨਖਾਈ ਆ ਡਿਕਲੇਅਰਡ ਤੇ ਇਹ ਇੰਜ ਜਾ ਰਹੇ ਨੇ ਜੀ ਮੈਂ ਤਾਂ ਜੋ ਕਰਨਾ ਕਰਾਂਗਾ ਤੁਸੀਂ ਜੋ ਕਰਨਾ ਕਰ ਲਓ ਦਿਸ ਇਜ਼ ਦਾ ਮੈਸੇਜ ਕੋਈ ਵਿੱਚ ਆਪਾਂ ਮਕਾਨ ਦੀ ਗੱਲ ਨਹੀਂ ਔਰ ਉਹ ਹੁਣ ਸ਼ਰੀਆਂ ਫਿਰ ਰਹੇ ਨੇ ਫਿਰ ਉਹ ਜਿਹੜੇ ਮਤਲਬ ਸਭ ਤੋਂ ਉਹਦੇ ਤੋਂ ਵੀ ਲਾਣਤ ਵਾਲੀ ਗੱਲ ਹੈ ਜਿਹੜੇ ਲੋਕੀਆਂ ਨਾਲ ਡੀਲ ਕਰ ਰਹੇ ਨੇ ਅਰੇ ਤੁਹਾਨੂੰ ਪਤਾ ਨਹੀਂ ਹੈ ਜਿਵੇਂ ਉਹਨੇ ਕਿਹਾ ਰੋਟੀ ਬੇਟੀ ਮਤਲਬ ਉਹ ਤੁਸੀਂ ਤੁਹਾਡਾ ਹੁੱਕਾ ਪਾਣੀ ਬੰਦ ਦੇ ਜੇ ਦੂਜੀ ਲੈਂਗੁਏਜ ਲਾਓ ਬਿਲਕੁਕੁਲ ਤੇ ਤੁਸੀਂ ਤੇ ਤੋੜਨ ਦੇ ਤਾਂ ਜਿਹੜੇ ਇਹਨਾਂ ਦੇ ਅੱਗੇ ਆ ਕੇ ਚਮਚੇ ਆ ਜਿਹੜੇ ਆ ਕੇ ਸੁਣਦੇ ਨੇ ਮੈਂ ਕਹਿੰਦਾ ਲੱਖ ਲਾਣਦਾ ਤੇ ਉਹਨਾਂ ਦੇ ਨੇ ਹਮਮ ਡੈਟ ਮੀਨਸ ਕਿ ਤੁਸੀਂ ਵੀ ਤੁਹਾਡੇ ਲਈ ਵੀ ਗੁਰੂ ਕੁਝ ਨਹੀਂ ਨਹੀਂ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਤਾਂ ਕੈਪਟਨ ਸਾਹਿਬ ਇਹ ਹੈ ਕਿ ਐਸਜੀਪੀਸੀ ਦਾ ਪ੍ਰਧਾਨ ਉਹ ਵੀ ਜਾ ਕੇ ਕਹਿੰਦੇ ਮੀਟਿੰਗਾਂ ਕਰ ਰਿਹਾ ਹੈ ਉਹ ਵੀ ਮੁਲਾਕਾਤਾਂ ਕਰ ਰਿਹਾ ਹੈ ਗੱਲਬਾਤ ਕਰ ਰਿਹਾ ਹੈ ਅਗਲੀ ਚਰਚਾ ਕੀ ਕਰਨੀ ਹੈ ਤਾਂ ਇੱਥੋਂ ਤਾਂ ਸਭ ਤੋਂ ਵੱਡਾ ਸਵਾਲ ਤਾਂ ਇਹੀ ਪੈਦਾ ਹੋ ਜਾਂਦਾ ਕਿ ਜਥੇਦਾਰ ਸਾਹਿਬ ਨੇ ਹੁਕਮ ਦਿੱਤਾ ਤੇ ਉਹਨਾਂ ਦੇ ਥੱਲੇ ਜਿਹੜੀ ਸਭ ਤੋਂ ਨਜ਼ਦੀਕੀ ਪ੍ਰਬੰਧਕੀ ਕਮੇਟੀ ਹੈ ਜਿਹਨੇ ਕੰਮ ਕਰਨਾ ਉਹ ਐਸਜੀਪੀਸੀ ਹੈਗੀ ਹੈ ਉਹਦਾ ਪ੍ਰਧਾਨ ਹੀ ਨਹੀਂ ਮੰਨ ਰਿਹਾ ਹੈਗਾ ਉਹਨਾਂ ਦੀ ਤਾਂ ਫਿਰ ਮੰਨੂਗਾ ਕੌਣ ਉਸ ਹਿਸਾਬ ਨਾਲ ਮੈਂ ਉਹਦੇ ਤੇ ਆ ਨਹੀਂ ਲੱਗਾ ਸੀ ਤਾਂ ਇਹ ਇਧਰ ਤੇ ਗੱਲ ਹੋ ਗਈ ਤਨਖਾਹਾਂ ਡਿਕਲੇਅਰ ਕੀਤਾ ਉਹਨੇ ਤੇ ਕਹਿੰਦਾ ਜੋ ਮੈਂ ਕਰਨਾ ਹੈ ਤੁਸੀਂ ਜਿੰਨੂੰ ਕਰ ਲੈਣਾ ਕਰ ਕਰ ਲੋ ਤੋ ਸ਼ਰਿਆਮ ਆਪਣਾ ਚੈਲੰਜ ਕਰ ਰਿਹਾ ਪੰਥ ਨੂੰ ਸਿੱਖੇ ਨੂੰ ਹਰ ਚੀਜ਼ ਨੂੰ ਚੈਲੰਜ ਕਰ ਰਿਹਾ ਓਪਨ ਪਹਿਲਾਂ ਤੇ ਪੰਜ ਸਾਲ ਤੱਕ ਬੇੜਾ ਗੜਾ ਕੀਤਾ ਆਪਾਂ ਪੁਰਾਣੇ ਜਨ 2015 ਤੋਂ ਸ਼ੁਰੂ ਕਰਨੇ ਆ ਹਨਾ ਕਰਕੇ ਜੋ ਕੁਝ ਹੋਇਆ ਹੁਣ ਕੁਝ ਰਿਪੀਟ ਕਰਨ ਦੀ ਲੋੜ ਨਹੀਂ ਕਿਵੇਂ ਕਰਵਾਇਆ ਗਿਆ ਜੇ ਦੇਖੋ ਜਦੋਂ ਤੁਸੀਂ ਕਿਸੇ ਤੁਸੀਂ ਅਥਾਰਟੀ ਚ ਹੋਵੋ ਤੁਹਾਡੇ ਕੋਲ ਪਾਵਰ ਹੈ ਰੋਕਣ ਦੀ ਤੁਸੀਂ ਨਾ ਰੋਕੋ ਦੈਟ ਮੀਨਸ ਯੂ ਆਰ ਪਾਰਟ ਆਫ ਇਟ ਤੁਹਾਡੇ ਸਾਹਮਣੇ ਕ੍ਰਾਈਮ ਹੋ ਰਿਹਾ ਨਹੀਂ ਰੋਕਣ ਦੇ ਐਂਡ ਯੂ ਆਰ ਦ ਮੈਨ ਹੂ ਕੈਨ ਸਟਾਪ ਇਟ ਯੂ ਡੋਨਟ ਸਟਾਪ ਇਟ ਦੈਟ ਮੀਨਸ ਯੂ ਆਰ ਪਾਰਟ ਆਫ ਇਟ ਦੈਟ ਮੀਨਸ ਕਰਵਾਨ ਦੇ ਵਿੱਚ ਪੂਰਾ ਹੱਥ ਉਹ ਹੁਣ ਸਾਬਤ ਹੋ ਚੁੱਕਾ ਉਧਰ ਹੋ ਗਿਆ ਤਾਂ ਹੁਣ ਆਪਾਂ ਜੱਥੇਦਾਰਾਂ ਬਾਰੇ ਆਉਣੇ ਆ ਨਾਉ ਅਸ ਵੇਲੇ ਜੱਥੇਦਾਰਾਂ ਨੇ ਤਾਂ ਮਤਲਬ ਸਭ ਤੋਂ ਜਿਹੜਾ ਪੈੜਾ ਰੋਲ ਕਰ ਰਹੇ ਨੇ ਪਹਿਲੇ ਕਰ ਜੇ ਤੁਸੀਂ ਇੰਟਰੋਡਕਸ਼ਨ ਕਰ ਕਿ ਜੱਥੇਦਾਰ ਦੇ ਉੱਤੇ ਮਾੜਾ ਜਿਹਾ ਇਲਜ਼ਾਮ ਲੱਗਾ ਤੇ ਲਿਟਰਲੀ ਜਿੰਨੂੰ ਕਹਿੰਦੇ ਰੋਣ ਲੱਗ ਪਏ ਠੀਕ ਹੈ ਅਰੇ ਸਿੱਖੀ ਦਾ ਮੇਰੇ ਪੀੜ੍ਹੀ ਦਾ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਦਾ ਜਿੰਨੂੰ ਦੁਨੀਆ ਦੀ ਸਭ ਤੋਂ ਬਹਾਦਰ ਕੌਣ ਨਾਟ ਵਨ ਆਫ ਦਾ ਬਹਾਦਰ ਸਭ ਤੋਂ ਬਹਾਦਰ ਕੌਮ ਜਿਹੜੀ ਇੱਕ ਰਾਕੇ ਉਹ ਦਾ ਜਿਹੜਾ ਲੀਡਰ ਹੋਏ ਮਤਲਬ ਪੰਥਕ ਲੀਡਰ ਹੋਏ ਤੇ ਤੁਸੀਂ ਰੋਣ ਲੱਗ ਪਏ ਹੋ ਤੇ ਇਹਦੇ ਅੱਗੇ ਦੇਖੋ ਮੈਂ ਅੱਗੇ ਕੋਈ ਕਹਿ ਸਕਦਾ ਲੜਦਾ ਨਹੀਂ ਗੱਲਾਂ ਪਰ ਦਿਸ ਇਜ਼ ਦ ਰੋਲ ਨਾ ਜਿਹੜੀ ਉਦੋਂ ਵੀ ਪੈੜੀ ਗੱਲ ਏ ਦੇਖੋ ਗੁਰੂ ਜੀ ਦੇ ਚਿਥੜੇ ਡਾ ਲਏ ਗਏ ਕਹਿ ਕੇ ਚਿਥੜੇ ਡਾ ਲਏ ਗਏ ਵਾਰਨਿੰਗ ਦੇ ਕੇ ਚਿਥੜੇ ਡਾ ਲਏ ਗਏ 9 ਸਾਲ ਤੇ ਅਜੇ ਇਹਨਾਂ ਦਾ ਲਾਅ ਤੇ 50 ਦਿਨ ਹੋ ਗਏ ਜੀ 9 ਸਾਲ 50 ਦਿਨ ਨੋ ਐਕਸ਼ਨ ਹੂੰ ਵਾਂਸ ਅਗੇਨ ਆ ਰਿਪੀਟ ਕਿ ਗੁਰੂ ਜੀ ਦੀ ਜਿੰਨੀ ਬੇਇੱਜ਼ਤੀ ਬੇਇੱਜ਼ਤੀ ਬੇਦਬੀ ਹੋ ਸਕਦੀ ਸੀ ਕੀਤੀ ਗਈ ਅਕਤੂਬਰ ਮਹੀਨੇ ਚ ਬਿਲਕੁਲ ਤਾਂ ਉਹ ਤੇ ਐਗਜ਼ੈਕਟਲੀ ਤਾਂ ਟੋਟਲ ਲਾਉ ਤੇ 9 ਸਾਲ 50 ਦਿਨ ਬੇਦਬੀ ਹੋਈ ਕੋਈ ਐਕਸ਼ਨ ਨਹੀਂ ਠੀਕ ਹੈ ਹਣ ਇੱਕ ਨਿਕੰਮੇ ਜਿਹੇ ਬੰਦੇ ਨੇ ਬੋਲ ਰਿਹਾ ਜਿਹਨੂੰ ਕਹਿੰਦੇ ਸਾਰੇ ਕਹਿ ਚੁੱਕੇ ਨੇ ਅਗਰੀਡੇ ਸਾਹਿਬ ਬੜੀ ਉਹਦੀ ਆਪਣੀ ਲੈਂਗੁਏਜ ਵੇਖ ਲੋ ਨਾ ਉਹ ਆਪਣੇ ਆਪ ਨੂੰ ਕੀ ਕਹਿ ਰਿਹਾ ਆਪਣੇ ਕੀ ਕੀ ਦਾ ਪਾਰਟੀ ਨੂੰ ਕੀ ਕਹਿ ਰਿਹਾ ਜੇ ਮਤਲਬ ਜੋ ਨੇ ਕਿਹਾ ਮੈਂ ਰਿਪੀਟ ਕਰਨ ਲਈ ਹਾਂ ਜੇ ਕਰਨਾ ਹੈ ਤਾਂ ਕਰ ਲੇ ਜੇ ਉਹਨੇ ਪਾਰਟੀ ਨੂੰ ਖੱਸੀ ਪਾਰਟੀ ਹੈ ਇਹੋ ਜੀਆਂ ਲੈਂਗੁਏਜ ਜਿਹੜਾ ਬੰਦਾ ਯੂਜ਼ ਕਰਦਾ ਉਹਨੇ ਤੁਹਾਡੇ ਤੇ ਇਲਜ਼ਾਮ ਲਾਇਆ ਠੀਕ ਹੈ ਸੱਚੇ ਝੂਠੇ ਬਿਸਾਈਡ ਦਾ ਪੁਆਇੰਟ ਇਲਜ਼ਾਮ ਤੁਹਾਡੇ ਤੇ ਲੱਗੇ ਤੁਸੀਂ ਬੰਦੇ ਹੋ ਤੁਹਾਨੂੰ ਅਸੀਂ ਕੁਰਸੀ ਤੇ ਬਿਠਾਇਆ ਤੇ ਉਹਨੇ ਤੁਹਾਡੇ ਤੇ ਇਲਜ਼ਾਮ ਲਗਾਇਆ ਤੇ ਦੋ ਦਿਨਾਂ ਦੇ ਵਿੱਚ ਤੁਸੀਂ ਪੰਜੋਂ ਇਕੱਠੇ ਹੋ ਗਏ ਤੇ ਤੁਸੀਂ ਉਹਨੂੰ ਸਜ਼ਾ ਦੇ ਦਿੱਤੀ ਚੰਗੀ ਗੱਲ ਕੀਤੀ ਤੇ ਜਦੋਂ ਤੁਹਾਡੀ ਬੇਇੱਜ਼ਤੀ ਹੋਈ ਤੁਹਾਨੂੰ ਲੱਗਾ ਤੁਹਾਡੀ ਬੇਇੱਜ਼ਤੀ ਹੋਈ ਤੇ ਤੁਸੀਂ ਇਮੀਡੀਏਟਲੀ ਉਹਨੂੰ ਦਰਤਾ ਤਨਖਾਹਾਂ ਵੀ ਦੇ ਦਿੱਤਾ 10 ਸਾਲ ਦੀ ਬਾਹਰ ਕੱਢ ਦਿੱਤਾ ਪੋਲੀਟਿਸਟ ਨੂੰ ਜੀ ਠੀਕ ਹੈ ਕਹਿਣ ਦਾ ਮਤਲਬ ਆਪਣੀ ਬੇਇੱਜ਼ਤੀ ਲਈ ਤੁਸੀਂ ਔਨ ਦਾ ਸਪਰੈਕਸ਼ਨ ਲੈ ਲਿਆ ਉਹ ਮਹਾਰਾਜ ਮਾਈਕ ਕੁਐਸਚਨ ਟੂ ਇਹ ਜਿਹੜੇ ਪੰਜੋਂ ਸ ਹੈ ਆਪਣੇ ਨੇ ਜ਼ਥੇਦਾਰ ਪੰਜਾਂ ਨੂੰ ਕੁਐਸਚਨ ਹੈ ਕਿ ਗੁਰੂ ਤੁਹਾਡੀ ਬੇਇੱਜ਼ਤੀ ਹੋਈ ਇਮੀਡੀਏਟ ਐਕਸ਼ਨ ਅਰੇ ਗੁਰੂ ਦੀ ਤੇ ਬੇਇੱਜ਼ਤੀ ਹੋਈ ਬਿੱਦਪੀਓ ਕੀ ਨਹੀਂ ਹੋਇਆ ਤਾਂ ਤੁਸੀਂ ਉੱਥੇ ਕਿਵੇਂ ਚੁੱਪੋ ਜੀ ਵਾਟ ਸੌਰਟ ਆਫ ਗੁਰੂ ਤੁਸੀਂ ਆਪਣੇ ਤਖਤ ਤਖਤ ਕਿਹੜੇ ਸਾਹਮਣੇ ਬੈਠੇ ਹੋ ਤੁਸੀਂ ਕਹਿੰਦੇ ਹੋ ਜੀ ਉਹ ਇੱਕ ਪੀਐਸਡੀ ਹੈ ਦੂਜਾ ਬੜੇ ਪੜੇ ਲਿਖੇ ਨੇ ਉਹ ਇਹ ਤੁਹਾਡੀ ਨੋਲੇਜ ਹੈ ਗਿਆਨੀ ਰਗਵੀਰ ਸਿੰਘ ਕਹਿੰਦੇ ਕਿ ਮੈਨੂੰ ਘਾਨ ਕੇ ਧਮਕੀ ਦਿੱਤੀ ਤਾਂ ਉਸ ਤੋਂ ਬਾਅਦ ਜਦੋਂ ਹੀ ਤਨਖਾਹਿਆ ਕਰਾਰ ਦਿੱਤਾ ਜਦੋਂ ਹੀ ਕਹਿ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਇਸ ਬੰਦੇ ਨੂੰ 10 ਸਾਲ ਲਈ ਬਾਹਰ ਕੱਢ ਦਿੱਤਾ ਜਾਵੇ ਓਨ ਦਾ ਸਪਾਟ ਓਨ ਦਾ ਸਪਾਟ ਕਰ ਦਿੱਤਾ ਤੇ ਇਧਰ ਤੁਸੀਂ ਜਿਵੇਂ ਜ਼ਿਕਰ ਕਰ ਰਹੇ ਹੋ ਕਿ 9 ਸਾਲ ਬੀਤ ਗਏ ਹਾਂ 9 ਸਾਲ ਤੇ 50 ਦਿਨਾਂ ਬਿਲਕੁਲ 50 ਦਿਨ ਤੇ ਫਾਈਨਲ ਹੋ ਗਏ ਨਾ ਹੁਣ ਆਗੇ ਬਸ ਤੁਹਾਡੇ ਕੋਲ ਸਾਰਾ ਬਜਰੇ ਮਾਰ ਚੁੱਕੇ ਨੇ ਗੁਨਾਹ ਤੁਸੀਂ ਗੁਨਾਹ ਕਰ ਦਿੱਤੇ ਦੈਟ ਮੀਨ ਯੂਵ ਸਟੱਡੀਡ them ਤੋ ਅਜ ਤਾਂ ਹੀ ਤੁਸੀਂ ਕਹਾਂ ਨਾ ਤੁਹਾਡੇ ਗੁਨਾਹ ਤੋ ਦੈਟ ਮੀਨ ਯੂਵ ਸਟੱਡੀਡ ਸੋ ਨੋ ਲੈ ਤੇ 50 ਦਿਨ ਲੱਗਣ ਦੇ ਨੇ ਹਮ ਵਾਟ ਇਜ਼ ਦੈਟ ਮੀਨ ਕਿ ਦਾ ਇਹ ਬੰਦਰ ਕਿ दैट मींस ਕਿ ਹਮ ਤੋ ਤੁਹਾਡੀ ਨੀਅਤ ਸਾਫ ਨਹੀਂ ਪਹਿਲੀ ਗੱਲ ਤੁਹਾਡੀ ਨੀਅਤ ਸਾਫ ਨਹੀਂ ਹੈ ਕਿਉਂਕਿ देयर इज नो ਇਨਫੋਰਮੇਸ਼ਨ ਵਿਚ ਯੂ ਡੋਨਟ ਹੈਵ ਜੀ ਔਰ ਮੰਨ ਲਓ ਜੇ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤੇ ਅੱਜ ਦੇ ਜ਼ਮਾਨੇ ਵਿੱਚ ਜਦੋਂ ਸਾਰਾ 12 ਕਰੋੜ ਜੜਪਾ ਚੜੇ ਜੜਪ ਗੁਰੂ ਜੀ ਨਾਲ ਜੁੜੇ ਨੇ ਦੇ ਆਰ 올 ਅਵੇਲੇਬਲ ਟੂ ਯੂ ਹਮ ਤੁਸੀਂ ਉਦੋਂ ਇੱਕ ਟਰਾਈ ਵੀ ਨਹੀਂ ਕੀਤੀ ਜੀ ਤਾਂ ਕਹਿੰਦਾ ਮਤਲਬ ਸਾਰੇ ਇਨਫਰਮੇਸ਼ਨ ਤੁਹਾਡੇ ਕੋਲ ਹੈ ਬੈਨਫਿਟ ਆਫ ਡਾਊਟ ਤੁਹਾਡੇ ਵਿੱਚ ਕੋਈ ਇਨਫੈਕਸ਼ਨ ਨਹੀਂ ਹੈ ਕਿੰਨੀ ਦਿਨ ਲੱਗਦੀ ਹੈ 50 ਡੇਸ ਹੁਣ ਬੱਸ ਘਰ ਬਾਨਾ ਮਾਰਦਾ ਮੈਂ ਤਾਂ ਬਾਨਾ ਹੀ ਕਾਂਗਾ ਬਿਮਾਰ ਵੀ ਹੋਏ ਨੇ ਠੀਕ ਹੈ ਅਰੇ ਕਿੰਨੂ ਡੇਂਗੋ ਨਹੀਂ ਹੁੰਦਾ ਯਾਰ ਗਲੀ ਗਲੀ ਚ ਡੇਂਗੋ ਹੋਇਆ ਪਿਆ ਠੀਕ ਹੈ ਤੇ ਤੁਹਾਨੂੰ ਉਹਦੇ ਲਈ ਅਰੇ ਮੇਰੇ ਕਿੰਨੇ ਦੋਸਤਾਂ ਨੂੰ ਹੋਇਆ ਮੇਰੇ ਆਪ ਨੂੰ ਰਿਹਾ ਗਿਆ ਚੇਨ ਚਾਰ ਦਿਨ 15 ਦਿਨ ਔਖਾ ਹੁੰਦਾ ਤੇ ਤੀਜੇ ਦਿਨ ਤੋਂ ਟੁੱਟ ਪੈਂਦੇ ਉਹ ਨਾਲੇ ਜਿੱਥੇ ਜ਼ਰੂਰਤ ਹੁੰਦੀ ਹੈ ਅਰੇ ਬਾਬਾ ਦੀਪ ਸਿੰਘ ਜੀ ਸਿਰ ਕੱਟ ਕੇ ਟੋਟ ਲੈ ਕੇ ਜੇ ਤੋ ਉਹਨੇ ਡੈਂਗੂ ਦੇ ਕਰਕੇ ਜਿਹਨ ਬਾਨੇ ਬਰਾਕੇ ਵਿੱਚ ਜੀ ਤਬੀਰ ਠੀਕ ਨਹੀਂ ਕਰਾ ਕੇ ਮੈਂ ਇੱਕ ਐਗਜ਼ਾਮਪਲ ਦੇਣਾ ਲੇਟੈਸਟ ਤੇ ਤੁਹਾਡੇ ਜੀ ਤੁਸੀਂ ਇਨਸਾਨੇ ਦੇਖ ਲਓ ਮੈਂ ਕੰਪੇਅਰ ਕਰੋ ਆਪਣੇ ਤੁਸੀਂ ਜਥੇਦਾਰ ਬੰਦੇ ਹੋ ਆਪਾਂ ਯੁਵਰਾਜ ਦੀ ਗੱਲ ਕਰਨਿਆ ਕ੍ਰਿਕਟੇਅਰ ਜੀ ਉਹ ਜਦੋਂ ਵਰਲਡ ਕੱਪ ਚੱਲ ਰਿਆ ਸੀ ਉਹਨੂੰ ਕੈਂਸਰ ਹੋ ਚੁੱਕਾ ਸੀ ਉਹ ਖੂਨ ਦੀਆਂ ਉਲਟੀਆਂ ਕਰ ਰਿਹਾ ਸੀ ਬਟ ਉਹਨੇ ਪੂਰਾ ਟਰਨਮੈਂਟ ਖੇਡਿਆ ਜਿਤਾਇਆ ਦਨ ਹੀ ਫਿਰ ਉਹਨੇ ਡਿਕਲੇਅਰ ਕੀਤਾ ਮੇਰੇ ਤਾਂ ਬੇਠਿਕ ਨਹੀਂ ਆ। ਕਿੱਥੇ ਕੈਂਸਰ ਪੇਸ਼ੈਂਟ ਖੋਹਦੇ ਆ ਉਲਟੀਆਂ ਕਰ ਰਿਹਾ। ਪਰ ਕਮਿਟਮੈਂਟ ਸੀ ਉਹ ਕਰਦਾ ਰਿਹਾ। ਕੁਝ ਸਿੱਖੋ ਇਹਦੇ ਤੋਂ। ਠੀਕ ਤੇ ਤੁਹਾਨੂੰ ਡੈਂਗੂ ਯਾਰ ਡੈਂਗੂ ਹੈ ਕੀ? ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜੀ ਕੌਮ ਜਿਹਦੇ ਆਗੂਆਂ ਦੇ ਬੱਚਿਆਂ ਦੇ ਕਲੇਜੇ ਉਹਨਾਂ ਦੇ ਮੂੰਹ 'ਚ ਪਾਈ ਜਾਂਦੇ ਰਹੇ ਹੋਣ। ਜਿਹੜੀ ਕੌਮ ਆਪਣਾ ਸਰਬੰਸ ਬਾਰਨ ਦੀ ਉਦਾਹਰਨ ਦੇ ਕੇ ਲੋਕਾਂ ਦੀ ਕਚਹਿਰੀ 'ਚ ਹੋਵੇ। ਲੋਕਾਂ ਨੂੰ ਇਹ ਦੱਸਦੀ ਹੋਵੇ ਕਿ ਮੈਂ ਆਪਣਾ ਸਰਬੰਸ ਇਸ ਕਰਕੇ ਵਾਰਿਆ ਕਿ ਬਾਕੀ ਲੁਕਾਈ ਜਿਹੜੀ ਹੈ ਉਹਦੀ ਅਹਿਮੀਅਤ ਉਸੇ ਤਰੀਕੇ ਨਾਲ ਬਰਕਰਾਰ ਰਹੇ ਜਿਨ੍ਹਾਂ ਨੂੰ ਆਰੀਆਂ ਦੇ ਨਾਲ ਚੀਰਿਆ ਗਿਆ ਖੋਪਰੀਆਂ ਨਾਲ ਹੋਇਆ ਛੱੜੀਆਂ ਦੇ ਚੜੇ ਕੀ ਹੋਇਆ ਚੜੇ ਤੇ ਉਹਨਾਂ ਦੇ ਜਥੇਦਾਰ ਜਿਹੜੇ ਅੱਜ ਨਮਾਇੰਦਗੀ ਕਰ ਨਮਾਇੰਦਗੀ ਕਰ ਰਹੇ ਆ ਉਹਨਾਂ ਨੂੰ ਡੇਂਗੂ ਸਤਾ ਰਿਹਾ ਹੈ ਬਿਲਕੁਲ ਦੇਖੋ ਉਹਨਾਂ ਨੂੰ ਉਹਨਾਂ ਨੂੰ ਆਪਣੇ ਪਰਿਵਾਰ ਦੀ ਚਿੰਤਾ ਹੋ ਰਹੀ ਹੈ ਉਹਨਾਂ ਨੂੰ ਧਮਕੀਆਂ ਦੀ ਚਿੰਤਾ ਹੋ ਰਹੀ ਹੈ ਤਾਂ ਮੰਨ ਲੀ ਕਿ ਕੌਮ ਦੀ ਵੀ ਗਲਤੀ ਹੈਗੀ ਕਿ ਤਨਾ ਕਿਹਾ ਕਿ ਇਦਾਂ ਦੇ ਬੰਦੇ ਤੁਸੀਂ ਆਗੂ ਲਾਏ ਹੋਏ 100% ਅਰੇ ਇੱਧਰ ਤਾਂ ਕੋਈ ਸ਼ੱਕ ਹੀ ਨਹੀਂ ਬਟ ਕੌਮ ਦੀ ਚਲੋ ਗਲਤੀ ਉਹ ਉਹ ਮਾਫੀ ਕਰ ਸਕਦੇ ਆ ਕਿ ਉਹ ਤੋਂ ਬੈਨੀਫਿਟ ਡਾਊਟ ਦੇ ਸਕਦੇ ਪਬਲਿਕ ਨੂੰ ਕਿ ਪੰਥਿਕ ਪਾਰਟੀਆਂ ਪੰਥਿਕ ਪਾਰਟੀਆਂ ਨਾਲ ਅਨਦਰ ਸੀ ٹرسٹ ਕੀਤਾ ਠੀਕ ਹੈ ਹੁਣ ਤੇ ਅੱਖਾਂ ਖੁੱਲ ਗਈਆਂ ਨੇ ਕਿ ਇਹ ਤਾਂ ਪੰਥ ਦੇ ਹੈ ਹੀ ਨਹੀਂ ਆ ਸਾਹਮਣੇ ਤਨਖਾਹੀ ਜਿਹੜੇ ਨੇ ਫਿਰੀ ਜਾ ਰਹੇ ਨੇ ਲੋਕੀ ਉਹਨਾਂ ਨੂੰ ਸੁੱਰੀ ਜਾ ਰਹੇ ਨੇ ਤੇ ਕੀ ਕਰਨ ਲਿਆ ਤੁਸੀਂ ਕਹਦੇ ਪੰਥ ਉਹ ਆਪਣੀ ਜੜਪ ਕਹਿੰਗੇ ਨਹੀਂ ਸਿੱਖ ਜਿਵੇਂ ਗੁਰੂ ਗ੍ਰੰਥ ਦੇ ਨਾਲ ਪੰਥ ਦੇ ਨਾਲ ਪੰਥ ਜਿਵੇਂ ਗੁਰੂ ਗ੍ਰੰਥ ਦੇ ਨਾਲ ਤੇ ਤੁਸੀਂ ਨਾ ਪੰਥ ਦੇ ਨਾਲ ਗ੍ਰੰਥ ਦੇ ਹੈ ਤੇ ਇਹੋ ਜਿਹੇ ਬੰਦੇ ਤੁਸੀਂ ਲਾ ਕੇ ਬੈਠੇ ਹੋ ਅਰੇ ਅਜੇ ਵੀ ਟਾਈਮ ਹੈ ਨਾਲੇ ਇਹਨਾਂ ਨੂੰ ਆਪਣਾ ਇੱਕ ਲਾਸਟ ਚਾਂਸ ਹੈ ਆਪਣਾ ਜਥੇਦਾਰਾਂ ਲਈ ਵੀ ਕਿ ਆਪਣਾ ਦਿਵਾਲੀ ਤੋਂ ਪਹਿਲਾਂ ਇਨਸਾਫ ਕਰੋ ਸਾਰੇ ਪੰਜਾਬ ਨੂੰ ਤੇ 1.5 ਕਰੋੜ ਨੂੰ ਦਿਵਾਲੀ ਦੀ ਗਿਫਟ ਦਿਓ ਇਨਸਾਫ ਦੀ ਹੈਨਾ ਅੱਜ ਸੁਣਨ ਦੇ ਆਪਾਂ ਕਿ ਸੁਣੋ ਜੀ ਦਿਵਾਲੀ ਤੋਂ ਬਾਅਦ ਕਰਾਂਗੇ ਹਾਊ ਕੈਨ ਯੂ ਡਿਸਾਈਡ ਦੈਟ ਯਾਰ ਥੈਟ ਮੀਨ ਤੁਸੀਂ ਐਡਵਾਂਸ ਹੀ ਕਰ ਰਹੇ ਹੋ 12 ਦੇ ਸੀ ਤੱਕ ਮੈਨੂੰ ਲੱਗਦਾ ਇਹਦੇ ਵਿੱਚ ਕਿਹੜਾ ਇਦਾਂ ਦੀ ਖੋਜ ਕਰਨੀ ਸੀ ਕੋਈ ਕੋਈ ਰਿਸਰਚ ਕਰਨੀ ਸੀ ਕੋਈ ਟੈਸਟ ਕਰਕੇ ਸੈਂਪਲ ਭੇਜੇ ਹੋਏ ਸੀ ਲੈਬਾਰਟਰੀ ਦੇ ਵਿੱਚ ਕਿ ਜਿਹੜੇ ਵਾਪਸ ਹੋਣੇ ਸੀ ਰਿਪੋਰਟ ਉਹਨੂੰ ਟਾਈਮ ਲੱਗਣਾ ਸੀਗਾ ਸਾਰਾ ਕੁਝ ਸਾਹਮਣੇ ਹੈਗਾ ਕੀ ਵਿਅਕਤੀ ਨੇ ਕਿਹਾ ਹੈਗਾ ਕੀ ਨਹੀਂ ਕਿਹਾ ਹੈਗਾ ਤੁਹਾਡੇ ਆਪਣੀ ਮਰਿਆਦਾ ਹੈਗੀ ਉਸ ਮਰਿਆਦਾ ਦੇ ਵਿੱਚ ਬੰਦਾ ਆਉਂਦਾ ਕਿ ਨਹੀਂ ਆਉਂਦਾ ਤੇ ਬੰਦਾ ਉਹ ਨਿਸ਼ਚੈ ਕਰਕੇ ਤੈਅ ਕਰਕੇ ਮੀਟਿੰਗ ਕਰਕੇ ਫੈਸਲਾ ਲੈ ਬਿਲਕੁਲ ਉਹਨਾਂ ਨੇ ਕਿਹਾ ਨਾ ਕੋਈ 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 ਨਾਥਿੰਗ ਮੋਰ ਰਿਕੁਆਇਰਡ ਸਾਰੇ ਇਨਫਰਮੇਸ਼ਨ ਆਨ ਦਾ ਟੇਬਲ ਉਹਨਾਂ ਦਾ ਸਾਫ਼ ਗੱਲ ਹੈ ਜੇ ਡਿਲੇ ਕਰ ਰਹੇ ਨੇ ਥੈਟ ਮੀਨਸ ਨੀਅਰ ਠੀਕ ਨਹੀਂ ਹੈ ਸਾਫ਼ ਹੈ ਜੀ ਮੁਕਦੀਵਾਲ ਨੇ ਔਰ ਜੇ ਮੰਨ ਲਓ ਜੇ ਮੈਂ ਕਰਨੀ ਤੁਹਾਡੀ ਨੀਅਤ ਦੇ ਬਾਹਰ ਔਰ ਦੱਸੋ ਨਾ ਵਾਟ ਇਜ਼ ਦਾ ਪ੍ਰੋਬਲਮ ਹਮ ਨਾਥਿੰਗ ਔਨ ਥੈਟ ਇੱਕ ਵੱਡਾ ਸਵਾਲ ਇਹ ਵੀ ਰਿਹਾ ਕਹਿੰਦੇ ਕਿ ਚਲੋ ਆਪਾਂ ਹੁਣ ਜ਼ਿਕਰ ਕਰ ਲਏ ਆ ਕਿ ਜਿਸ ਤਰੀਕੇ ਨਾਲ ਪੰਥ ਦੀ ਨੁਮਾਇੰਦਗੀ ਕਰਨ ਵਾਲੇ ਆਗੂਆਂ ਤੇ ਸਵਾਲ ਖੜੇ ਹੋਗੇ ਨੇ ਆਪਾਂ ਇਹ ਕਹਿ ਰਹੇ ਹ ਤਾਂ ਮੈਨੂੰ ਲੱਗਦਾ ਕਿ ਕੌਮ ਤੇ ਸਵਾਲ ਤਾਂ ਬਣਦਾ ਕਿ ਜੇ ਆਪਾਂ ਬਾਰ-ਬਾਰ ਇੱਕ ਗੱਲ ਕਹਿੰਦੇ ਆ ਕਿ ਇੱਕ ਪੰਥਕ ਧਿਰ ਨੇ ਕਬਜ਼ਾ ਕਰ ਲਿਆ ਜਦੋਂ ਉਹ ਧਿਰ ਕਬਜ਼ਾ ਕਰ ਰਹੀ ਸੀ ਤੇ ਅਸੀਂ ਕੀ ਕਰ ਰਹੇ ਸੀ ਉਸ ਮੱਲੇ ਵਿੱਚ ਨਾ ਮੈਂ ਦੱਸਣਾ ਉਹ ਬੈਨੇਫਿਟ ਉਹ ਦੇ ਦਿੰਨੇ ਆ ਕਿ ਉਦੋਂ ਆਪਾਂ ਭਲੇਖੇ ਸੀ ਕਿ ਪੰਥ ਦੇ ਦੇ ਕੋ ਅਕਾਲੀ ਦਲ ਜਿੱਦਾਂ ਸ਼ੁਰੂ ਕੋਇਆ ਮੇਰੇ ਨਾਨਾ ਜੀ ਯਾਰ ਹਾਰਡ ਕੋਰ ਆਪਣੇ ਅਕਾਲੀ ਦਲ ਦੇ ਸੀ ਪੂਰੇ ਅਫੇਰ ਕੱਟਰ ਅਕਾਲੀ ਸੀ ਕਾਂਗਰਸ ਨੇ ਜਿਸ ਤਰੀਕੇ ਨਾਲ 1984 ਦੇ ਵਿੱਚ ਹਮਲਾ ਕੀਤਾ ਤਾਂ ਕੋਈ ਉਹਨਾਂ ਦੇ ਵੱਲੋਂ ਜਾਂਦਾ ਹੀ ਨਹੀਂ ਸੀਗਾ ਉਹਨਾਂ ਨੂੰ ਕਹਿੰਦੇ ਕਿ ਵੋਟ ਨਾ ਪਾਉਣੀ ਮਨਜ਼ੂਰ ਹੈ ਕਿਸੇ ਹੋਰ ਧਿਰ ਨੂੰ ਪਾਉਣ ਦੇ ਤੋ ਉਧਰੋਂ ਹੁਣ ਆ ਕੇ ਹੁਣ ਪਰ ਮੈਂ ਉਹਨ ਕਰਕੇ ਜੋ ਪੁਰਾਣੀਆਂ ਗੱਲਾਂ ਆਪਾਂ ਕਰੀਏ ਪਰ ਹੁਣ ਜਦੋਂ ਰਿਐਲਿਟੀ ਅੱਖਾਂ ਦੇ ਸਾਹਮਣੇ ਆ ਰਹੀ ਫਿਰ ਗੁਰੂ ਦੇ ਸਿੱਖੋ ਆਪਣੇ ਗੁਰੂ ਨਾਨਕ ਦੇ ਸਿੱਖੋ ਤੇ ਗੋਬਿੰਦ ਸਿੰਘ ਜੀ ਸਿੰਘੋ ਜਾਗੋ ਤੁਹਾਡੇ ਸਾਹਮਣੇ ਹੁਣ ਕਿਵੇਂ ਤੁਸੀਂ ਬੇਇਨਸਾਫੀ ਸਹ ਸਕਦੇ ਹੋ ਯਾਰ ਹੈਨਾ ਤੇ ਜਥੇਦਾਰ ਦਾ ਨਾ ਅਨਸਰਬਲ ਹੁਣ ਸਾਨੂੰ ਕਿਸੇ ਨਾਲ ਲੋਡ ਨਹੀਂ ਕੀ ਵਲਟੋ ਹੈ ਨਹੀਂ ਕਿਆ ਵੀ ਨਾਟ ਇਟ ਡਸਨਟ ਮੈਟਰ ਯਾ ਕੌਣ ਕੀ ਕਰ ਰਿਹਾ ਹੁਣ ਕੁਐਸਚਨ ਹੈ ਆਪਣੀ ਸਿੱਖੀ ਮੇਰੀ ਪੀੜਾ ਜਿਹਦੇ ਮਾਲਕੇ ਬੈਠੇ ਨੇ ਇਹ ਮੇਰੀ ਚ ਵੀ ਫੇਲ ਹੋ ਰਹੇ ਨੇ ਪੀਰੀ ਚ ਵੀ ਫੇਲ ਹੋ ਰਹੇ ਨੇ ਟੂ ਨਾਟ ਐਕਸੈਪਟੇਬਲ ਹੁਣ ਪਬਲਿਕ ਨੂੰ ਹੁਣ ਪਬਲਿਕ ਨੂੰ ਤੁਸੀਂ ਜਵਾਬ ਦੇਣਾ ਹੈ ਹੁਣ ਤੁਹਾਡਾ ਕੀ ਕੀ ਦਾ ਗੁਨਾਹ ਇਹਨਾਂ ਨੇ ਕੀਤੇ ਕੋਈ ਸ਼ੱਕ ਨਹੀਂ ਇਮਤਿਹਾਨ ਹ ਜਥੇਦਾਰਾਂ ਦਾ ਇਮਤਿਹਾਨ ਜਥੇਦਾਰਾਂ ਕਿ ਤੁਸੀਂ ਹੁਣ ਕੀ ਇਨਸਾਫ ਕਰਨਾ ਹੈ ਮੈਂ ਪਿੱਛੇ ਦੀ ਇੱਕ ਚਰਚਾ ਸੁਣ ਰਿਹਾ ਸੀ ਕਿ ਅਮਰਿਤਪਾਲ ਸਿੰਘ ਮੈਰੋ ਨਾਂ ਦਾ ਇੱਕ ਨੌਜਵਾਨ ਹੈ ਔਰ ਜਿਸ ਤਰੀਕੇ ਨਾਲ ਉਹਨੇ ਪਿਛਲੇ ਦਿਨਾਂ ਦੇ ਵਿੱਚ ਕਾਰਵਾਈਆਂ ਕੀਤੀਆਂ ਨੇ ਹੰਗ ਸਿੰਘ ਆ ਮੁੰਡਾ ਤੇ ਉੱਤੇ ਵੀ ਕੜਾਏ ਬੜਾ ਦਬਾਅ ਪਾਇਆ ਜਾ ਰਿਹਾ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਅਮਰਪਾਲ ਸਿੰਘ ਮਹਿਰ ਨੂੰ ਲੈ ਕੇ ਚਰਚਾ ਛੜੀ ਕਿ ਉਹਨੇ ਇੱਕ ਡੇਰੇ ਦਾ ਪਰਦਾ ਫਾਸ਼ ਕੀਤਾ ਕਿ ਉਹ ਡੇਰੇ ਦੇ ਵਿੱਚ ਇੱਕ ਬਾਬਾ ਜਿਹੜਾ ਸੀਗਾ ਉਹ ਕਿਸ ਤਰੀਕੇ ਨਾਲ ਲੜਕੀਆਂ ਦੇ ਨਾਲ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਕੀ ਕੁਝ ਕਰ ਰਿਹਾ ਸੀਗਾ ਪੰਥ ਕਿੱਥੇ ਸੁੱਤਾ ਸੀ ਉਸ ਵੇਲੇ ਇਹ ਜਥੇਦਾਰ ਕਿੱਥੇ ਸੁੱਤੇ ਸੀ ਉਸ ਵੇਲੇ ਦੇਖ ਹੀ ਨਹੀਂ ਰਹੇ ਸਾਰੀ ਚੀਜ਼ ਪੰਥ ਤੇ ਸਾਡਾ ਪੰਥ ਦੇ ਕੋਲਜ ਜਿੰਨੂੰ ਸਮਝਦੇ ਸਾਂ ਲਖਵਾ ਲੈਨੇ ਇਹ ਤੇ ਸੁੱਤੇ ਪਏ ਸੀ ਇਹ ਬਖਸ਼ ਜਿਹੜਾ ਉਹ ਰક્ષਕ ਬਖਸ਼ਕ ਬਣ ਕੇ ਸਾਹਮਣੇ ਆਉਣ ਕਲਾ ਕੇ ਨਾ ਤੇ ਸਾਰੀਆਂ ਗੱਲਾਂ ਸਾਹਮਣੇ ਨੇ ਤੋਂ ਆਪਾਂ ਤੋਂ ਉੱਥੇ ਵਿਦਵਾਰਾ ਆ ਰਹੇ ਆ ਫਿਰ ਜਿਵੇਂ ਕਹਿਣ ਲੱਗ ਪਏ ਸਾਡੇ ਪਰਿਵਾਰਾਂ ਨੂੰ ਹੁੰਦੇ ਧਮਕੀਆਂ ਮੈਂ ਆ ਕਮ ਸਪੈਸਫਿਕਲੀ ਹਰਤੇ ਜਿੱਤੇ ਤੇ ਇਹ ਕਹਿੰਦੇ ਨੇ ਪੀ ਐਚ ਡੀ ਪੜੇ ਲਿਖੇ ਤੇ ਆ ਰਿਹਾ ਠੀਕ ਹੈ ਤਾਂ ਦੈਟ ਮੀਨਸ ਤੁਹਾਨੂੰ ਮਾਈ ਪਾਗੋ ਦਾ ਕੱਖ ਨਹੀਂ ਪਤਾ ਤੇ ਤੁਸੀਂ ਜੱਥੇਦਾਰ ਹੋਵੋ ਤੇ ਤੁਹਾਡੀਆਂ ਬੇਟੀਆਂ ਨੂੰ ਕਰਨ ਤੇ ਤੁਹਾਡੀਆਂ ਬੇਟੀਆਂ ਦੈਟਲੀ ਦੇ ਹੈਵ ਨੋ ਨੋਲੇਜ ਆਫ ਬਾਈਪਾਗੋ ਕਾਂਟ ਦੇ ਟੇਕ ਕੇਅਰ ਆਫ ਦੇਮ ਸੈਲਫ ਕਾਂਟ ਦੇ ਸਟੈਂਡ ਫਾਰ ਦੇਮ ਸੈਲਫ ਅਰੇ ਸਾਰਾ ਪੰਥ ਤੁਹਾਡੇ ਨਾਲ ਜਿਹੜਾ ਕੁੜੀਆਂ ਵੱਲ ਕੋਕ ਚੁੱਕੇ ਸਾਰਾ ਪੰਥ ਤੁਹਾਡੇ ਨਾਲ ਮਤਲਬ ਜਿਹੜੇ ਕਹਿਣ ਵਾਲੇ ਤਾਂ ਕੁਝ ਰਹਿਣਾ ਨਹੀਂ ਤੇ ਠੀਕ ਹੈ ਪਹਿਲੀ ਗੱਲ ਤੇ ਤੁਸੀਂ ਰੋਣ ਲੱਗ ਪਏ ਤੇ ਕੁੜੀਆਂ ਨੂੰ ਵੀ ਤੁਸੀਂ ਆਪਣੇ ਤੁਸੀਂ ਪੀਐਚਲਿ ਦਿਓ だっ ਮੈਂ ਤੁਹਾਡੇ ਪਰਵਾਸ ਕਿ ਕੀ ਹੈ ਨਹੀਂ ਅਰੇ ਦੇ ਡਾਟਰਸ ਨੂੰ ਕਮ ਕੇ ਪਾ ਆਪਣੇ ਪਿਓ ਨੇ ਪਪਾ ਹੀ ਕਹਿਣਗੇ ਨਾ ਜੱ태ਦਾਰ ਸਾਹਿਬ ਕਿ ਤੁਸੀਂ ਇਹ ਅਸੀਂ ਗੱਲ ਕਿਵੇਂ ਕਰ ਦਿੱਤੀ ਜੀ ਮੈਨੂੰ ਲੱਗਦਾ ਕਦੇ ਕਦੇ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕਰਕੇ ਹਟੇ ਵੀ ਗਲਤ ਬੰਦਿਆਂ ਦੀ ਚੋਣ ਹੋ ਗਈ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਸੀ ਯਾਨੀ ਹਰਪ੍ਰੀਤ ਸਿੰਘ ਤੋਂ ਕਿ ਇੱਕ ਨੇਕ ਦਿਲ ਇਨਸਾਨ ਨੇ ਚੰਗਾ ਫੈਸਲਾ ਕਰਨ ਵਾਲੇ ਇਨਸਾਨ ਨੇ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਚੀਜ਼ਾਂ ਇਦਾਂ ਨਹੀਂ ਵਧੀਆਂ ਕਰ ਸਕਣਨ ਬਹੁਤ ਸਾਰੇ ਲੋਕ ਅਸੀਂ ਜਦੋਂ ਪੰਥ ਗਲਿਆਰਾਂ 'ਚ ਵਿਚਰਦੇ ਹਾਂ ਉਹ ਅਕਸਰ ਜ਼ਿਕਰ ਕਰਦੇ ਸੀ ਵੀ ਬਾਕੀਆਂ ਨਾਲੋਂ ਇਹ ਵਿਅਕਤੀ ਕਾਫੀ ਹੱਦ ਤੱਕ ਚੰਗਾ ਹੈਗਾ ਪਰ ਜਦੋਂ ਜਥੇਦਾਰ ਦੀ ਅਸੀਂ उपाਦੀ ਦੀ ਗੱਲ ਕਰਦੇ ਹਾਂ ਉਸ ਅਹੁਦੇ ਦੀ ਗੱਲ ਕਰਦੇ ਹਾਂ ਮੈਨੂੰ ਲੱਗਦਾ ਕਿ ਉਸ ਅਹੁਦੇ ਤੇ ਵਿਅਕਤੀ ਇਸ ਤਰੀਕੇ ਨਾਲ ਭਾਵੁਕ ਹੋ ਜਾਵੇ ਅਸੀਂ ਮੰਨਦੇ ਕਿ ਹਰੇਕ ਬੰਦੇ ਦੇ ਵਿੱਚ ਇਨਸਾਨੀਤ ਹੈਗੀ ਹੈ ਉਹਦਾ ਆਪਣੇ ਪਰਿਵਾਰ ਦੇ ਪ੍ਰਤੀ 헤ਜ ਹੁੰਦਾ ਪਰ ਇਹ ਜਿਹੜੀ ਕੌਮ ਹੈਗੀ ਹੈ ਮੈਨੂੰ ਲੱਗਦਾ ਇਹ ਕੁਰਬਾਨੀਆਂ ਦੀ ਕੌਮ ਹੈ ਤੇ ਜਦੋਂ ਉਸ ਦਾ ਜਥੇਦਾਰ ਇਸ ਤਰੀਕੇ ਨਾਲ ਭਾਵੁਕ ਹੋ ਕੇ ਇਦਾਂ ਦੀ ਗੱਲ ਆ ਕੇ ਅਸਤੀਫਾ ਦੇਣ ਦੀ ਜਾਨਕੀ ਮੈਦਾਨੋਂ ਭੱਜਣ ਦੀ ਗੱਲ ਕਰੇ ਫਿਰ ਬਾਕੀ ਪੰਥ ਤੇ ਕੀ ਅਸਰ ਹੋਵੇਗਾ ਉਸ ਹਮਾਰਾ ਉਹ ਕਹਾਵਤ ਨੇ 올 ਦੈਟ ਗਲਿਟਰ ਇਜ਼ ਨਾਟ ਗੋਲਡ ਠੀਕ ਹੈ ਇਹਨਾਂ ਤੇ ਆਇਆ ਜੀ ਉਹ ਗੱਲ ਤੇ ਰਿਪੀਟ ਕਰਨ ਲਿਆ ਜੀ ਬੜੇ ਗਿਆਨੀ ਤਾਨੀ ਸਾਰੇ ਕਰਣ ਬਿਲਕੁਲ ਬਿਲਕੁਲ ਸੋ ਇਹ ਉਹੀ ਚੀਜ਼ ਹੋ ਗਿਆ ਕਿ ਜਿਨ੍ਹਾਂ ਤੇ ਅਸੀਂ ਸਮਝਦੇ ਸਾਡੇ ਬੜੇ ਗਿਆਨੀ ਤਾਨੀ ਨੇ ਉਹ ਬੰਦੇ ਦਾ ਪਤਾ ਲੱਗਦਾ ਉਹਦੀ ਪਰਫਾਰਮੈਂਸ ਤੋਂ ਇਹ 7 ਸਾਲ ਇਹਨਾਂ ਕਾਫੀ ਲੰਬਾ ਚਿਰ ਐਕਟਿੰਗ ਜੱਥੇਦਾਰ ਰਹੇ ਪਹਿਲੀ ਗੱਲ ਤੇ ਐਕਟਿੰਗ ਜੱਥੇਦਾਰ ਰਹੇ दैट ਸਪੀਕਸ ਫਾਰ ਇਟਸੈlf ਠੀਕ ਹੈ ਥੈਟ ਮੀਨਸ ਜੋ ਵੀ ਗਾਗਿਸ ਕਾਂਦੇ ਲੋੜ ਨੇ ਫਿਰ ਜੇ ਤੁਸੀਂ ਪਰਫਾਰਮਿੰਗ ਕੀਤਾ 7 ਸਾਲਾਂ ਦੇ ਵਿੱਚ ਦੇਖੋ ਦੋ ਦਿਨ ਵੱਡੀਆਂ ਗੱਲਾਂ ਹੋਈਆਂ ਸੀ ਇੱਕ ਤੇ ਹੋਈ ਸੀ ਆਪਣਾ ਪੀਟੀਸੀ ਚੈਨਲ ਦਾ ਠੀਕ ਹੈ ਗੁਰਬਾਣੀ ਦਾ ਗੁਰਬਾਣੀ ਦਾ ਚੈਨਲ ਇਹ ਵੀ ਖਬਰ ਨਿਕਲ ਕੇ ਆ ਰਹੀ ਹੈ 3 ਸਾਲ ਦਾ ਕੰਟਰੈਕਟ ਹੋਰ ਉਸੇ ਚੈਨਲ ਦਾ ਤਾਂ ਤੁਸੀਂ ਓਨ ਦਾ ਹੀ ਵਾਸ ਓਨ ਦਾ ਸੀਟ ਪਰਫਾਰਮੈਂਸ ਕੀ ਹੋਈ ਤੁਸੀਂ ਡਿਕਲੇਅਰ ਕੀਤਾ ਮਤਲਬ ਕਹਿਣ ਦਾ ਕੱਖ ਨਹੀਂ ਹੋਇਆ ਜੀ ਪੀਟੀਸੀ ਅੱਜ ਉਦਾਂ ਹੀ ਚੱਲਣ ਡਿਆ ਰੈਦਰ ਐਕਸੀਡੈਂਟ ਹੋ ਗਿਆ ਕਰਦ ਕਰਾ ਕੇ ਅੱਛਾ ਉਹਦੇ ਬਾਅਦ ਜੇ ਦੂਜੀਆਂ ਵੱਡੀਆਂ ਚੀਜ਼ਾਂ ਲਈਏ ਸਭ ਤੋਂ ਵੱਡੀਆਂ 328 ਰੂਪ ਜਿਹੜੇ ਗਾਇਬ ਨੇ ਜੇ ਤੱਕ ਤੁਸੀਂ 7 ਸਾਲ ਰਹੇ ਜੀ ਕੀ ਕੀਤਾ ਨਾਥਿੰਗ ਨੰਬਰ 2 ਤੇ ਦੂਜੀ ਹੋ ਗਈ ਤੀਜੀ ਜਿਹੜੀ ਹੋਰ ਵੱਡੀ ਸੀ ਜਦੋਂ ਅਮਰਤਪਾਲ ਆਇਆ ਜਦ ਨਾਲੇ ਜਦੋਂ ਉਹ ਆਪਣੀ ਪੂਰੀ ਟੀਮ ਲੈ ਕੇ ਗੁਰਗੁਰਨ ਸਿੰਘ ਸਾਹਿਬ ਜੀ ਨੂੰ ਅੱਗੇ ਲੈ ਕੇ ਉਹ ਚਲਾ ਗਿਆ ਉੱਧਰ ਥਾਣੇ ਚਲਾ ਗਿਆ ਕਰਾ ਕੇ ਠੀਕ ਹੈ ਉਹਦੇ ਬਾਅਦ ਉਹ ਆਪਾ ਫੇਰ ਉਧਰ ਚਲੇ ਜਨਾਂ ਗੱਲ ਹੋ ਗਈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਇਹਨਾਂ ਨੇ ਕਿਹਾ ਸੀ ਜੀ ਮੈਂ ਆਪਣਾ 15 ਬੰਦਿਆਂ ਦੀ ਟੀਮ ਬਣਾਵਾਂਗਾ ਇਹਨਾਂ 15 ਦਿਨਾਂ ਦੇ ਵਿੱਚ ਮੈਂ ਤੁਹਾਨੂੰ ਇਹ ਦੱਸ ਜਾਵਾਂਗਾ ਕਿ ਸਹੀ ਹੋਇਆ ਗਲਤ ਹੋਇਆ ਭਾਈ ਸਾਹਿਬ ਕਿੰਨਾ ਚੱਲਣ ਹੋ ਗਿਆ ਬਿਲਕੁਲ ਨਥਿੰਗ ਹੂੰ ਤਾਂ ਮੈਂ ਕਹਿ ਰਿਹਾ ਤਾਂ ਸਾਲ ਸਾਲ ਤਾਲੀਹੇ ਚ ਬੰਦੇ ਨੂੰ ਹੋ ਗਿਆ ਮਤਲਬ ਕੱਖ ਹੋਇਆ ਹੀ ਨਹੀਂ ਆਦੇ ਆਦੇ ਦੋ ਤਿੰਨ ਚੀਜ਼ਾਂ ਨੇ ਬਾਕੀ ਲਿਸਟ ਇੰਨੀ ਲੰਬੀ ਹੈ ਤਾਂ ਕਾਹਦਾ ਤੁਸੀਂ ਜੀ ਮੈਂ ਬੜਾ ਗਿਆਨੀ ਤਿਆਨੀ ਤੇ ਅੱਜ ਤੁਸੀਂ ਲੱਗਣ ਡਿਓ ਜੀ ਮੈਨੂੰ ਆਹ ਸੇਵਾ ਕੀਤੀ ਆ ਕੀਤਾ ਪਰਫਾਰਮੈਂਸ ਇਜ਼ ਜ਼ੀਰੋ ਐਂਡ ਐਸ ਰੀਅਲੀ ਵੈਨ ਇਟ ਮੈਟਰਸ ਅਜਾ ਹੁਣ ਆਪਾਂ ਚੱਲਣ ਲਿਆ ਹੁਣ ਤਾਂ ਥਿਸ ਇਜ਼ ਦ ਐਂਡ ਆਫ ਇਟ ਸਰ ਮੈਂ ਤੁਹਾਡੇ ਨਾਲ ਜ਼ਿਕਰ ਕਰਦਾ ਚੱਲਾਂ ਕਿਉਂਕਿ ਤੁਸੀਂ ਨੇਵੀ ਦੇ ਕੈਪਟਨ ਰਹੇ ਹੋ ਆਮ ਤੌਰ ਤੇ ਜਦੋਂ ਕੈਪਟਨ ਦੇ ਤੌਰ ਤੇ ਜਦੋਂ ਤੁਸੀਂ ਸ਼ੁਰੂਆਤ ਕੀਤੀ ਹੋਣੀ ਆ ਅਕਸਰ ਇਹ ਵੀ ਹੁੰਦਾ ਨਾ ਕਿ ਆਪਾਂ ਪ੍ਰੈਕਟਿਸ ਕਰਦੇ ਆ ਮਾਹੌਲ ਚੱਲਦਾ ਹੁੰਦਾ ਪ੍ਰੈਕਟਿਸ ਕਰਦੇ ਰਹਿੰਦੇ ਆ ਪਰ ਅਸਲ ਉਸ ਪ੍ਰੈਕਟਿਸ ਦੀ ਪਹਿਚਾਨ ਉਦੋਂ ਹੁੰਦੀ ਹੈ ਜਦੋਂ ਸਮੁੰਦਰ ਤੇ ਸੱਚੀ ਤੂਫਾਨ ਬਿਲਕੁਲ ਯਸ ਯਸ ਤਾਂ ਮੈਨੂੰ ਲੱਗਦਾ ਕਿ ਇਹਨਾਂ ਨੂੰ ਤੂਫਾਨ ਹੋਣਾ ਆਇਆ ਤੇ ਭੱਜ-ਭੱਜ ਪੈ ਰਹੇ ਆ ਤੇ ਨਿਕਲ ਰਹੇ ਇੱਥੋਂ ਵੀ ਸਾਡੇ ਤੇ ਇਹ ਮੁਸੀਬਤ ਆਣ ਕਿੱਦਾਂ ਪਈ ਫਿਰ ਜਿੰਨੀ ਪ੍ਰੈਕਟਿਸ ਕੀਤੀ ਸੀ ਉਹ ਕਿੱਥੇ ਗਈ ਉਹ ਕਿੱਥੇ بس ਮਲਾਈ ਖਾਂਦੇ ਰਹੇ ਲੋ ਬਿਲਕੁਲ ਨਹੀਂ ਇਹ ਮੈਂ ਕਹਿੰਦਾ ਹੁਣ ਤੇ ਮਤਲਬ ਸਾਰਾ ਹੁਣ ਤੇ ਪ੍ਰੂਵਨ ਬਿਯੰਡ ਡਾਊਟ ਕਿ ਆਪਣੇ ਇਹ ਉਸ ਜਗ੍ਹਾ ਤੇ ਤੇ ਬਿਠਾਤੇ ਇਹਨਾਂ ਨੇ ਉਹ ਆਪਣੀ ਉਦਰ ਦੀ ਵੀ ਕਦਰ ਨਹੀਂ ਰੱਖੀ ਉਸ ਕੁਰਸੀ ਨੂੰ ਇੰਨਾ ਹੇਠਾਂ ਲਿਆ ਦਿੱਤਾ ਆਪਣੀ ਜਿੱਥੇ ਜਦਾ ਅਰੇ ਸੁਪਰੀਮ ਪਾਵਰ ਆ ਮੇਰੀ ਪੀਰੀ ਜਦੋਂ ਤੇ ਕੋਈ ਚੀਜ਼ ਨਹੀਂ ਹੁੰਦੀ ਵੈਸੇ ਤਾਂ ਉਹ ਉੱਤਰਲੇ ਪਾਸੇ ਤੁਹਾਡੇ ਤੋਂ ਸਵਾਲ ਕਰਦਾ ਚੱਲਾਂ ਕਿ ਜਿਹੜਾ ਬਲਟੋਹਾ ਨੇ ਇਲਜ਼ਾਮ ਲਾਇਆ ਕਿ ਇਹਨਾਂ ਦੇ ਪਿੱਛੇ ਜਾਨੀ ਕਿ ਉਹ ਕਹਿੰਦੇ ਨੇ ਉਹ ਤਾਂ ਇਹ ਗਾਣਾ ਇੱਕ ਚੱਲਦਾ ਆਪਾਂ ਅਕਸਰ ਉਹਦਾ ਜ਼ਿਕਰ ਕਰਦੇ ਰਹੇ ਨੇ ਤੂੰ ਨਹੀਂ ਬੋਲਦੀ ਰਕਾ ਨੇ ਤੇਰੇ ਸੋਹਰੇ ਯਾਰ ਬੋਲਦਾ ਤਾਂ ਉਹ ਕੁਲਮਲਾ ਕਿ ਉਹਨਾਂ ਨੇ ਤਾਂ ਇਲਜ਼ਾਮ ਤਾਂ ਇਹ ਲਾਇਆ ਸੀਗਾ ਕਿ ਇਸ ਵੇਲੇ ਜਿਹੜੇ ਇਹ ਜਥੇਦਾਰ ਥੋੜੇ ਅਲੱਗ ਹੋ ਕੇ ਚੱਲ ਰਹੇ ਆ ਜਾਂ ਹੋਰ ਤਰੀਕੇ ਦੀ ਭਾਸ਼ਾ ਬੋਲ ਰਹੇ ਆ ਉਹਨਾਂ ਦੇ ਪਿੱਛੇ ਆਰਐਸਐਸ ਜਾਂ ਭਾਜਪਾ ਕੰਮ ਕਰਦੀ ਆ ਉਹਨਾਂ ਦੇ ਇਹ ਇਲਜ਼ਾਮ ਸੀ ਤੁਹਾਨੂੰ ਇਹਦੇ ਨਾਲ ਕੋਈ ਇਤਫਾਕ ਰੱਖਦੇ ਹੋ ਕਿ ਇਹ ਚੀਜ਼ਾਂ ਹੋ ਸਕਦੀਆਂ? ਅਰੇ ਹੋ ਵੀ ਹੋ ਸਕਦੀਆਂ ਨੇ ਪਰ ਮੈਂ ਕਹਿੰਦੇ ਜੇ ਹੈਗੀਆਂ ਵੀ ਨੇ ਪਹਿਲੇ ਕਹਿੰਦੇ ਹੋ ਕਿਉਂ ਨਹੀਂ ਸਕਦੀਆਂ ਕੋਈ ਸਾਪ ਅਰੇ 15 20 ਸਾਲ ਤੇ ਟੁੱਟੀ ਆਪਣਾ ਰਾਜ ਉਹਨਾਂ ਦੇ ਨਾਲ ਕੀਤਾ ਹੋ ਸਕੇ ਜੀ ਐਂਡ ਵਿਦ ਫੁੱਲ ਅਥਾਰਟੀ ਪੂਰਾ ਜੋਰ ਨਾਲ ਹੁੰਦਾ ਸੀ ਕਰਦੇ ਸੀ ਤੇ ਦੇਰ ਦੇਰ ਇਹਦੇ ਕੋਈ ਸ਼ੱਕ ਹੀ ਨਹੀਂ ਹੋਣਾ ਚਾਹੀਦਾ ਤੇ ਪਰ ਗੱਲ ਆ ਗਈ ਹੁਣ ਇੱਕ ਉਹ ਮਾਹੌਲ ਆ ਗਿਆ ਕਿ ਹੁਣ ਤੇ ਇੱਜ਼ਤ ਆਬਰੂ ਸਿੱਖੀ ਦੀ ਆ ਗਈ ਹੁਣ ਕਾਦਾ ਆਰੈਸਟ ਉਹਨਾਂ ਦਾ ਤੁਸੀਂ ਹੁਣ ਕਾਦਾ ਪ੍ਰੈਸ਼ਰ ਲੈ ਰਹੇ ਹੋ ਤੁਸੀਂ ਯਾਰ ਹਮਮ ਠੀਕ ਹੈ ਪਹਿਲਾਂ ਕਰ ਮਤਲਬ ਐਸ ਸਿਚੁਏਸ਼ਨ ਦੇ ਵਿੱਚ ਜਥੇਦਾਰ ਦੇ ਉੱਤੇ ਪ੍ਰੈਸ਼ਰ ਇਜ਼ ਅਨਥਿੰਕਬਲ ਜਿਸ ਤੂ एग्जांपल ਦਿੱਤਾ ਹੈ ਕਿ ਕਪਤਾਨ ਹੈ ਉਹ ਕਿਹਾ ਕਿ tufaan ਆ ਗਿਆ ਜਦੋਂ tufaan ਆ ਗਿਆ ਤੇ ਮੈਂ ਉਹ ਕੰਪਨੀ ਨੂੰ ਫੋਨ ਕਰਾਂਗਾ ਜਾਂ ਆਪਣਾ ਉਹ ਜਿਹੜੇ ਜਾਜਦੇ ਮੇਰੇ ਛੋਟੇ ਨਾਲ ਪੁੱਛਾਂਗਾ ਯਾਰ ਕੀ ਕਰਾਂ ਬੈ ਅਸਤੀਫਾ ਦੇ ਰਿਹਾ ਜੀ ਮੇਰੇ ਤੋਂ ਸਾਹ ਨਹੀਂ ਹੋ ਰਿਹਾ ਹਾਂ ਤਾਂ ਇਹ ਇਹ ਹਾਲ ਹੋ ਗਈ ਨਾ ਕਿ ਮਤਲਬ ਯਾਰ ਜੋਧਾ ਫੌਜ ਦਾ ਲੋ ਜੰਗ ਛਿੜ ਗਈ ਤੇ ਜਰਨਲ ਦੇ ਹੇਠਾਂ ਪੁੱਛੇ ਫੁਸਪਾਈਆਂ ਨੂੰ ਜਾ ਕੇ ਯਾਰ ਕੀ ਕਰਨਾ ਮੈਂ ਅਸਤੀਫਾ ਦੇ ਰਿਹਾ ਜੰਗ ਛਿੜ ਗਈ ਮੈਂ ਤਾਂ ਕਹਿੰਗਾ ਮੇਰਾ ਲੋ ਅੱਜ ਮਤਲਬ ਐ ਸੋਚ ਕੇ ਲਾਣਾ ਤੇ ਨਾ ਆਕੇ ਤੋਂ ਆਨ ਨੂੰ ਇਹਨਾਂ ਰਸੋਪਾ ਦਿੱਤਾ ਤਵਾ ਨੂੰ ਆਗਤ ਅੱਛਾ ਕਮਿੰਗ ਬੈਕ ਟੂ ਜਿਹੜਾ ਇਹ ਰੋਨ ਲੱਕ ਪੈ ਸੀ ਭਾਈ ਸਾਹਿਬ ਤੁਹਾਡੇ ਉੱਤੇ ਪਹਿਲੇ ਗੱਲ ਐਸਜੀਪੀਸੀ ਦੀ ਸਿਕਿਉਰਿਟੀ ਫਿਰ ਤੁਹਾਡੇ ਪਾਸ ਵਾਈਡ ਕੈਟਿਗਰੀ ਸਿਕਿਉਰਿਟੀ ਤੇ ਪਹਿਲੇ ਗੱਲ ਤੇ ਲਾਣਾ ਤੇ ਤੁਸੀਂ ਐਡੀ ਸਿਕਿਉਰਿਟੀ ਰੱਖੋ ਜਿਸ ਸੱਚੇ ਸੁੱਚੇ ਉੱਤੇ ਹੈਗੇ ਉਹ ਤਰ੍ਹਾਂ ਕਿ ਤੁਹਾਨੂੰ ਕਹਿੰਦੀ ਹਰ ਤੁਸੀਂ ਤਾਂ ਲੱਗੇ ਹੋਗਾ ਕਿ ਤੇ ਇੰਨੀ ਆਪਣੇ ਸਿਕਿਉਰਟੀਆਂ ਲੈ ਕੇ ਇਹਨਾਂ ਤੇ ਹੁਣ ਜਦੋਂ ਇਮਤਿਹਾਨ ਦਾ ਵੇਲਾ ਆਇਆ ਤੇ ਤੁਹਾਨੂੰ ਤੇ ABC ਵੀ ਨਹੀਂ ਆਉਂਦੀ ਇਹ ਤੇ ਸਾਬ ਦਿਖਦਾ ਪਿਆ ਨਾ ਹੈਨਾ ਅੱਜ ਵੀ ਮਤਲਬ ਅੱਜ ਮੈਂ ਪਰੇਚ ਕਰਕੇ ਸੁਣਿਆ ਚੈਨਲ ਤੇ ਕਿ ਇਹ ਦੀਵਾਲੀ ਤੋਂ ਬਾਅਦ ਫੈਸਲਾ ਦੇਣਗੇ ਥੈਟ ਮੀਨਸ ਅਗਲੇ 10 ਦਿਨ ਮੈਨੂੰ ਸੁੱਤੇ ਰਹਿਣਾ ਸਹੀ ਗੱਲ ਜਦੋਂ ਕਿ 12 ਕਰੋੜ ਕੀ ਰਿਪੀਟਿੰਗ 12 ਕਰੋੜ ਤੱਕ ਤਾਂ ਪਬਲਿਕ ਤੁਹਾਡੇ ਵੱਲੋਂ ਆਪਣੇ ਸੇਵਾ ਗੁਰੂ ਨਾਨਕ ਦੇ ਜੁੜੇ ਹੈ ਤੁਹਾਡੇ ਵੱਲ ਵੇਖ ਰਹੇ ਨੇ ਇਨਸਾਫ ਕਰੋ ਜੀ ਇਨਸਾਫ ਕਰੋ ਇਨਸਾਫ ਕਰੋ ਤੇ ਤੁਸੀਂ ਭੱਜਨ ਨੂੰ ਫਿਰਦੇ ਹੋ ਕੈਪਟਨ ਸਾਹਿਬ ਵਕੀਰ ਤੇ ਤੁਹਾਨੂੰ ਨਜ਼ਰ ਕੀ ਆ ਰਿਹਾ ਹੁਣ ਇਹ ਜਿਹੜੀ ਦੁਬਿਧਾ ਦੇ ਵਿੱਚ ਇਸ ਵਕਤ ਸਿੱਖ ਕੌਮ ਸਿੱਖ ਪੰਥ ਹੈਗਾ ਰਾਹ ਨਜ਼ਰ ਆ ਰਿਹਾ ਕੋਈ ਇਥੋਂ ਨਿਕਲਣਾ ਕਿਸ ਤਰੀਕੇ ਨਾਲ ਹੈਗਾ ਕੀ ਤੁਹਾਡੇ ਹਿਸਾਬ ਨਾਲ ਕਰਨਾ ਚਾਹੀਦਾ ਕਿਉਂਕਿ ਅਸੀਂ ਵਕ ਵਕ ਜਿਹੜੇ ਸੈਮੀਨਾਰ ਹੁੰਦੇ ਜਦੋਂ ਤੁਸੀਂ ਉਹਨਾਂ 'ਚ ਪਹੁੰਚਦੇ ਆਂ ਅਸੀਂ ਦੇਖਦੇ ਆਂ ਅਕਸਰ ਵਿਚਾਰ ਚਰਚਾ ਚੱਲਦੀ ਹੈ ਚਰਚਾਵਾਂ ਹੁੰਦੀਆਂ ਨੇ ਹਰ ਇੱਕ ਵਿਅਕਤੀ ਆਪਣਾ ਪੱਖ ਰੱਖਦਾ ਰਾਹ ਦੱਸਣ ਦੀ ਵੀ ਕੋਸ਼ਿਸ਼ ਕਰਦਾ ਰਾਹ ਨਜ਼ਰ ਕੀ ਆ ਰਿਹਾ ਤੁਹਾਨੂੰ ਇਸ ਵੇਲੇ ਕਿਸ ਤਰੀਕੇ ਨਾਲ ਬਚਣਾ ਹੈਗਾ ਕਿਉਂਕਿ ਜਿਹੜਾ ਵਿਅਕਤੀ ਜੇ ਕੋਈ ਪੰਥ ਦੀ ਗੱਲ ਕਰਨ ਲੱਗਦਾ ਉਹਦੇ ਤੇ ਕੋਈ ਨਾ ਕੋਈ ਕੇਸ ਪਾ ਕੇ ਉਹ ਜੇਲ੍ਹ ਚ डक ਦਿੱਤਾ ਜਾਂਦਾ ਜੇ ਕੋਈ ਹੋਰ ਆਪਣੇ ਵੱਲੋਂ ਕਹਿੰਦਾ ਵੀ ਆਹ ਕਾਰਵਾਈ ਕਰ ਲੈਣੀ ਚਾਹੀਦੀ ਹੈ ਉਹਦੇ ਖਿਲਾਫ ਕੋਈ ਨਾ ਕੋਈ ਈਡੀ ਜਾਂ ਸੀਬੀਆਈ ਜਾਂ ਕੋਈ ਜਾਂਚ ਸ਼ੁਰੂ ਹੋ ਜਾਂਦੀ ਹੈ ਫਿਰ ਨਿਕਲਣਾ ਕਿੱਦਾਂ ਹੈਗਾ ਇਸ ਸਥਿਤੀ ਨੂੰ ਕਿਸ ਤਰੀਕੇ ਨਾਲ ਤੁਸੀਂ ਆਂਕ ਰਹੇ ਹੋ ਇਸ ਵੇਲੇ ਇੱਕ ਕੋਈ ਰਾਏ ਕੋਈ ਦੂਜਾ ਨਹੀਂ ਤੀਜਾ ਨਹੀਂ ਇੱਕ ਕੋਈ ਰਾਏ ਪਬਲਿਕ ਸੰਗਤਾਂ ਪੰਜਾਬ ਦੇ ਕੰਥ ਦਿੱਤ ਸੰਗਤ ਸੰਗਤ ਨੂੰ ਆ ਕੇ ਬਾਹਰ ਆਣਾ ਪੈਣਾ ਹੈ ਜ਼ਕਾਰਾ ਛੱਡਣਾ ਪੈਣਾ ਹੈ ਐਂਡ ਆਪਣਾ ਇਨਸਾਫ ਲੈਣਾ ਪੈਣਾ ਹੈ ਗੁਰੂ ਜੀ ਨੇ ਕੀ ਸਿਖਾਇਆ ਸੀ ਜਦੋਂ ਸਾਰਾ ਕੁਝ ਫੇਲ ਹੋ ਜਾਏ ਮੈਂ ਬਿਲਕੁਲ ਬੈਲੈਂਸ ਦੀ ਗੱਲ ਨਹੀਂ ਕਰ ਰਿਹਾ ਬਿਲਕੁਲ ਬੈਲੈਂਸ ਦੀ ਗੱਲ ਨਹੀਂ ਕਰ ਰਿਹਾ ਇਹ ਜ਼ਮਾਨਾ ਤਲਵਾਰ ਦਾ ਨਹੀਂ ਹੈ ਵਿਚਾਰਾਂ ਦਾ ਤਲਵਾਰ ਹੈ ਇਹ ਸਿੱਧੀ ਗੱਲ ਹੈ ਜਿੰਨੇ ਵੀ ਆਪਾਂ ਦੇ ਬੈਠੇ ਨੇ ਦੇ ਸ਼ੁੱਡ ਬੀ ਕਾਲਡ ਬਿਠਾ ਕੇ ਇਹਨਾਂ ਨਾਲ ਮੈਂ ਵਿਚਾਰ ਕਰਨ ਨੂੰ ਤਿਆਰ ਹਾਂ ਇਹਨਾਂ ਨੂੰ ਨੰਗੇ ਦੇ ਹੋ ਚੁੱਕੇ ਨੇ ਪੂਰਾ ਇਹਨਾਂ ਨੂੰ ਉਤਾਰਨਾ ਚਾਹੀਦਾ ਹੈ ਪਬਲਿਕ ਸਾਹਮਣੇ ਆਏਗੀ ਇਹ ਆਪਣੇ ਆ ਫਿਰ ਜਿੱਤੋ ਦੇਖੋ ਹੈਗੇ ਤੇ ਤੁਹਾਨੂੰ ਇਹਨਾਂ ਨੇ ਪ੍ਰੂਵ ਕਰ ਦੇ ਬੁਜ਼ਦਿਲ ਬੰਦੇ ਨੇ ਪ੍ਰੈਸ਼ਰ ਤੇ ਲੈ ਨਹੀਂ ਸਕਦੇ ਤੇ ਜਦੋਂ 3 ਕਰੋੜ ਵਿੱਚ 12 ਕਰੋੜ ਦੀ ਦੁਨੀਆ ਦਾ 3 ਕਰੋੜ ਸਾਡਾ ਪੰਜਾਬ ਦਾ ਅੱਧਾ ਵੀ ਖਲੋ ਜਾਏ ਇੱਥੇ ਆ ਕੇ ਅੰਮ੍ਰਿਤਸਰ ਸ਼ਹਿਰ ਹੀ ਖਲੋ ਜਾਏ ਉਸੇ ਨੇ ਨਾ ਸਾਰੇ ਤਾਂ ਇਹ ਇਨਸਾਫ ਤੇ ਮਿਲਣਾ ਹੁਣ ਪਬਲਿਕ ਦਾ ਇਹ ਕੋਈ ਸ਼ੱਕ ਨਹੀਂ ਰਹਿਣਾ ਕੋਈ ਸ਼ੋਬਾ ਨਹੀਂ ਰਹਿਣੀ ਕਿਉਂਕਿ ਮੋਰਚਾ ਲਾ ਲੋ ਆ ਕਰ ਲੋ ਉਹ ਕੋਈ ਸਿੱਧੇ ਫਰਕ ਨਹੀਂ ਪੈਂਦਾ ਇਹ ਆਪਣੇ ਏਸੀ ਆਫਿਸ ਬੈਠੇ ਨੇ ਇਹਨਾਂ ਦਾ ਹੋਈ ਚੱਲਣ ਡੇ ਤੁਸੀਂ ਬਾਰ ਬੈਠੇ ਬੈਠੇ ਰਹੋ ਪਬਲਿਕ ਵਿਲ ਹਵ ਟੂ ਗੈਟ ਐਕਟੀਵੇਟਿਡ ਐਂਡ ਇਨ ਵਿਚ ਜਫਰੀਜ਼ ਨਹੀਂ ਆਉਂਦੀ ਫਿਰ ਜਿਵੇਂ ਅਕਾਲੀ ਦਲ ਵੀ ਸ਼ੁਰੂ ਹੋਇਆ ਸੀ ਤੇ 100 ਸਾਲ ਇੰਨਾ ਵੱਡਾ ਹੋਇਆ ਤੇ ਕੁਰਬਾਨੀਆਂ ਵਾਸਤੇ ਸ਼ੁਰੂਆਤ ਤੇ ਕੋਈ ਵੀ ਆਜ਼ਾਦੀ ਆਜ਼ਾਦੀ ਤੇ ਮੰਗਦੀ ਕੁਰਬਾਨੀਆਂ ਜੀ ਪਾਵੇਂ ਪੰਥ ਦੀ ਕਿਸੇ ਚੀਜ਼ ਦੀ ਹੋਏ ਕੁਰਬਾਨੀ ਆਪਣਾ ਆਜ਼ਾਦੀ ਮੰਗਦੀ ਕੁਰਬਾਨੀ ਹੈ ਤੇ ਉਹਦੇ ਲਈ ਪੰਥ ਨੂੰ ਜਿਹੜਾ ਕਿ ਸਾਡਾ ਸਾਡੇ ਖੂਨ ਚ ਉਹ ਯਾਰ ਅਸੀਂ ਬਿਨਾ ਅਹਮ ਜਮੇ ਕੇ ਜਾ ਕੇ ਦੇ 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 ਨਾ ਦੂਜਿਆਂ ਲਈ ਹੁਣ ਤਾਂ ਟਾਈਮ ਆ ਗਿਆ ਆਪਣੇ ਲਈ ਤੇ ਠੀਕ ਹੈ ਹੁਣ ਆਪਣੇ ਨੂੰ ਸਹੀ ਕਰਨ ਕਿੰਨੀ ਕੁ ਦੇਰ ਲੱਗੀ ਪਬਲਿਕ ਇਕੱਠੀ ਹੋਏਗੀ ਐਂ ਵਿਚਾਰਾਂ ਨਾਲ ਵਾਂਸ ਅਗੇਨ ਵਿਚਾਰ 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 ਉਹ ਵਿਚਾਰਾਂ ਨਾਲ ਲੈ ਕੇ ਚੱਲਾਂਗੇ ਇਹਨਾਂ ਤੋਂ ਕੀ ਕਹਿੰਦੇ ਨੇ ਰਾਹ ਨਹੀਂ ਲੱਭਣਾ ਅਨ ਪਬਲਿਕ ਤੋਂ ਹੀ ਆਉਣੀ ਹੈ ਐਂ ਜਿਹੜਾ ਦੀਵਾਲੀ ਤੋਂ ਪਾਰ ਕਰ ਰਹੇ ਨੇ ਬਿਲਕੁਲ ਗਲਤ ਹੈ ਦੀਵਾਲੀ ਦਾ ਦਿਨ ਕਾਦਾ ਹੁੰਦਾ ਹੈ ਦੀਵਾਲੀ ਦਾ ਦਿਨ ਹੁੰਦਾ ਹੈ ਝੂਠ ਦੇ ਉੱਤੇ ਸੱਚ ਦੀ ਜਿੱਤ ਨਹੀਂ ਹੈ ਨਾ ਕਿ ਗੋਲਡ ਵਿਨਿੰਗ ਓਵਰ ਦਾ ਵੇਬ ਤੁਸੀਂ ਕਿਉਂ ਬਾਇਰ ਔਰ ਵੇਟਿੰਗ ਮੈਨ ਤੁਸੀਂ ਸਿਕੋ ਇਨਸਾਫ ਕਰੋ ਸਾਰੀ ਦੁਨੀਆ ਨੂੰ ਇਨਸਾਫ ਦਾ ਤੋਹਫਾ ਦਿਓ ਉਹਨੂੰ ਪਹਿਲਾਂ ਕਰੋ ਖੁਸ਼ੀ ਮਨਾਓ ਖੁਸ਼ੀ ਮਨਾਓ ਉਹਨੂੰ ਐਡ ਕਰੋ ਵਾਇਰ ਉੱਪਰ ਲੌਂਗਿੰਗ ਇਟ ਯਾਰ ਕੋਈ ਰੀਜ਼ਨ ਵੀ ਨਹੀਂ ਹੈ ਜੀ ਤਾਂ ਇਹ ਵੇ ਕਿ ਜੇ ਇਹ ਵੱਡੇ ਵਿੱਚ ਚੰਗਾ ਕਰ ਸਕਦੇ ਨੇ ਇਹਨਾਂ ਕੋਲ ਟਾਈਮ ਹੈਗਾ ਆਪਣੀ ਇੱਜ਼ਤ ਬਚਾਉਣ ਦਾ ਪੰਥ ਦੀ ਸ਼ਾਨ ਵਧਾਉਣ ਦਾ ਅੱਜ ਨਹੀਂ ਕੱਲ ਦੀਵਾਲੀ ਤੋਂ ਪਹਿਲਾਂ ਦੀਵਾਲੀ ਗਿਫਟ ਦੇਣ ਪੰਥ ਨੂੰ ਇਨਸਾਫ ਦੇ ਗਿਫਟ ਦੋਨੋਂ ਪਾਸੇ ਉਹ ਕੀ ਕੀ ਦਾ ਦੋਨਾ ਦੀਪ ਕੀ ਕੀ ਦਾ ਪੰਥ ਦੀ ਵੀ ਤੇ ਉਹ ਕੀ ਕੀ ਦਾ ਪੋਲਿਟੀਕਲ ਵੀ ਤੇ ਰਿਲੀਜੀਅਸ ਵੀ ਜਿਹੜੀ ਤਨਖਾ ਹੈਗੀ ਹੈ ਜਿਵੇਂ ਉਹਨੂੰ ਕੀਤਾ ਬਲਟੋਆ ਨੂੰ ਕੀਤਾ ਉਸੇ ਤਰ੍ਹਾਂ ਤੁਸੀਂ ਠੋਕੇ ਕਰੋ ਸਾਰੀ ਦੁਨੀਆ ਤੁਹਾਡੇ ਨਾਲ ਹੈ ਪੰਥ ਤੁਹਾਡੇ ਨਾਲ ਹੈ ਦੈਟ ਇਜ਼ ਦਾ ਓਨਲੀ ਵੇ ਆਊਟ ਦਿਵਾਲੀ ਗਿਫਟ ਪੰਜਾਬ ਡਿਸਰਵਜ਼ ਇਟ ਜੀ ਬਹੁਤ ਸ਼ੁਕਰੀਆ ਕੈਪਟਨ ਸਾਹਿਬ ਧੰਨਵਾਦ ਤੁਹਾਡਾ ਤਾਂ ਇਹ ਸਨ ਕੈਪਟਨ ਜੀਐਸ ਘੁੰਮਣ ਜਨਾ ਤਮਾਮ ਮਸਲੇ ਤੇ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਰਕਾਰ ਇਹ ਚੀਜ਼ਾਂ ਕੇਸ ਪੱਧਰ ਤੱਕ ਪਹੁੰਚ ਚੁੱਕੀਆਂ ਹਨ ਬੜੀ ਬਾਰੀਕ ਤਰੀਕੇ ਨਾਲ ਕਿਉਂਕਿ ਲਗਾਤਾਰ ਇਦਾਂ ਦੇ ਮਸਲੇ ਆ ਤੇ ਨਜ਼ਰ ਰੱਖਦੇ ਨੇ ਬੜੀ ਬਾਰੀਕ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਆਖਰਕਾਰ ਚੱਲ ਕੀ ਰਿਹਾ ਹੈਗਾ ਤੇ ਸਾਡੇ ਕੋਲ ਹੱਲ ਕੀ ਹੈਗਾ ਤਾਂ ਸੰਗਤੀ ਹੱਲ ਦੱਸ ਰਹੇ ਨੇ ਤੇ ਸੰਗਤੀ ਹੱਲ ਕਿਸ ਤਰੀਕੇ ਨਾਲ ਹੁੰਦਾ ਉਹਦਾ ਵੀ ਇੱਕ ਤਰੀਕਾ ਦੱਸਿਆ ਕਿ ਅੱਜ ਦੇ ਸਮੇਂ ਦੇ ਵਿੱਚ ਵਾਇਲੈਂਟ ਹੋ ਕੇ ਯਾਨੀ ਕਿ ਭਾਵੁਕ ਹੋ ਕੇ ਹਥਿਆਰ ਚੱਕ ਕੇ ਫੈਸਲੇ ਲੈਣ ਦੀ ਲੋੜ ਨਹੀਂ ਬਲਕਿ ਵਿਚਾਰ ਜਿਹੜੇ ਨੇ ਉਹਨਾਂ ਦੀ ਧਾਰ ਤੇਜ਼ ਕਰਕੇ ਸੰਗਤੀ ਰੂਪ ਦੇ ਵਿੱਚ ਆਪਣੇ ਜਿਹੜੇ ਹੱਲ ਆ ਉਹ ਮਸਲਿਆਂ ਦੇ ਕਰਵਾਏ ਜਾ ਸਕਦੇ ਨੇ ਫਿਲਹਾਲ ਦੇਖਣਾ ਹੋਵੇਗਾ ਕਿ ਕੀ ਇਹ ਜਿਹੜੀਆਂ ਜਥੇਦਾਰਾਂ ਦੇ ਸਾਹਮਣੇ ਚੁਣੌਤੀਆਂ ਨੇ ਇਹਨਾਂ ਨੂੰ ਉਹਨਾਂ ਦੇ ਮੋਢਿਆਂ ਤੇ ਸਹਾਰ ਪਾਉਂਦੇ ਨੇ ਜਾਂ ਨਹੀਂ ਪਾਉਂਦੇ ਕਿਉਂਕਿ ਜਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਉਹ ਬੇहद ਚਿੰਤਾਜਨਕ ਨੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੇ ਟਿੱਪਣੀ ਸਾਣਾ ਜਰੂਰ ਸਾਂਝੇ ਕਰੋ ਫਿਲਹਾਲ ਇੱਥੇ ਤੜਤਾਰਤ ਹੋ ਰਹੀ ਹੈ ਬਹੁਤ ਬਹੁਤ ਧੰਨਵਾਦ